ਦੀਦੀ, ਸ਼ਹਿਰ ਵਿੱਚ ਜ਼ਿਆਦਾਤਰ ਮੇਰੇ ਮਿੱਤਰਾਂ ਕੋਲ ਈਮੇਲ ਅਕਾਊਂਟ ਸਨ। ਇੱਥੋਂ ਤੱਕ ਕਿ ਮੈਂ ਵੀ ਇਹਦੇ ਲਈ ਉਤਸੁਕ ਹਾਂ ਕਿ ਮੈਂ ਵੀ ਈਮੇਲ ਖਾਤਾ ਖੋਲ ਸਕਦਾ ਹਾਂ। ਹਾਂ ਰੋਹਨ, ਤੁਸੀਂ ਵੀ ਵੱਖ-ਵੱਖ ਈਮੇਲ ਸੇਵਾਵਾਂ ਦੇ ਜ਼ਰੀਏ ਈਮੇਲ ਖਾਤਾ ਖੋਲ ਸਕਦੇ ਹੋ। ਪਰ ਕਿਵੇਂ ਦੀਦੀ, ਮੈਂ ਤਾਂ ਈਮੇਲ ਬਾਰੇ ਕੁਝ ਵੀ ਨਹੀਂ ਜਾਣਦਾ। ਚਲੋ ਮੈਂ ਤੁਹਾਨੂੰ ਦੱਸਦੀ ਹਾਂ ਕਿਵੇਂ। ਵੱਖ-ਵੱਖ ਈਮੇਲ ਸੇਵਾਵਾਂ ਦੇ ਜ਼ਰੀਏ ਤੁਸੀਂ ਈਮੇਲ ਖਾਤਾ ਕਿਵੇਂ ਖੋਲ ਸਕਦੇ ਹੋ। ਬਹੁਤ ਵੱਡੀ ਗੱਲ ਏ ਦੀਦੀ। ਈਮੇਲ ਜਾਂ ਇਲੈਕਟ੍ਰੋਨਿਕ ਮੇਲ ਇੰਟਰਨੈਟ ਉੱਤੇ ਸੁਨੇਹਿਆਂ ਨੂੰ ਅਦਲਾ ਬਦਲੀ ਕਰਨ ਦਾ ਇੱਕ ਤਰੀਕਾ ਹੈ। ਇੱਕ ਈਮੇਲ ਦੇ ਵਿੱਚ ਕਈ ਵਰਗ ਹੁੰਦੇ ਹਨ: ਪ੍ਰਾਪਤੀ ਖੇਤਰ, ਵਿਸ਼ਾ ਖੇਤਰ ਅਤੇ ਸੁਨੇਹਾ ਖੇਤਰ। ਇਹ ਸਰਜੀ ਨੂੰ ਇਸਤੇਮਾਲ ਕਰਨ ਵਾਸਤੇ ਤੁਹਾਨੂੰ ਈਮੇਲ ਖਾਤੇ ਦੀ ਲੋੜ ਪਵੇਗੀ। ਵੈੱਬ ਉੱਤੇ ਆਧਾਰਿਤ ਕਈ ਮੁਫਤ ਈਮੇਲ ਸੇਵਾਵਾਂ ਉਪਲਬਧ ਹਨ, ਜਿਵੇਂ ਜੀਮੇਲ, ਯਾਹੂ ਅਤੇ ਹੌਟਮੇਲ। ਤੁਸੀਂ ਇਹਨਾਂ ਵਿੱਚੋਂ ਇੱਕ ਜਾਂ ਸਾਰੀਆਂ ਵਿੱਚ ਆਪਣਾ ਈਮੇਲ ਖਾਤਾ ਤਿਆਰ ਕਰ ਸਕਦੇ ਹੋ। ਈਮੇਲ ਖਾਤਾ ਬਣਾਉਣ ਲਈ ਪਹਿਲਾਂ ਵੈੱਬ ਬਰਾਊਜ਼ਰ ਖੋਲ੍ਹੋ। ਹੁਣ ਐਡਰੈਸ ਬਾਰ ਵਿੱਚ www.gmail.com ਟਾਈਪ ਕਰੋ। ਫਿਰ ਗੋ ਬਟਨ ਉੱਤੇ ਕਲਿੱਕ ਕਰੋ ਜਾਂ ਐਂਟਰ ਕਲਿੱਕ ਕਰੋ। ਇਸ ਤੋਂ ਮਗਰੋਂ ਕ੍ਰੀਏਟ ਐਨ ਅਕਾਊਂਟ ਬਟਨ ਉੱਤੇ ਕਲਿੱਕ ਕਰੋ। ਹੁਣ ਆਨਲਾਈਨ ਰਜਿਸਟ੍ਰੇਸ਼ਨ ਫਾਰਮ ਭਰੋ। ਹੁਣ ਅੱਗੇ ਵਾਸਤੇ ਨੈਕਸਟ ਬਟਨ ਉੱਤੇ ਕਲਿੱਕ ਕਰੋ। ਹੁਣ ਕੰਟੀਨਿਊ ਟੂ ਜੀਮੇਲ ਬਟਨ ਉੱਤੇ ਕਲਿੱਕ ਕਰੋ। ਹੁਣ ਤੁਸੀਂ ਈਮੇਲ ਖਾਤਾ ਇਸਤੇਮਾਲ ਕਰ ਸਕਦੇ ਹੋ। ਈਮੇਲ ਖਾਤੇ ਤੱਕ ਪਹੁੰਚਣ ਵਾਸਤੇ ਪਹਿਲਾਂ ਤੁਹਾਨੂੰ ਸਾਈਨ ਇਨ ਦੀ ਲੋੜ ਹੈ। ਇਸ ਲਈ ਪਹਿਲਾਂ ਜੀਮੇਲ ਹੋਮ ਪੇਜ ਉੱਤੇ ਜਾਓ ਅਤੇ ਸਕਰੀਨ ਦੇ ਸੱਜੇ ਪਾਸੇ ਦਿਸਦੇ ਖਾਨੇ ਵਿੱਚ ਆਪਣਾ ਯੂਜ਼ਰਨੇਮ ਅਤੇ ਪਾਸਵਰਡ ਟਾਈਪ ਕਰੋ। ਫਿਰ ਹੇਠਾਂ ਸਾਈਨ ਇਨ ਨੂੰ ਕਲਿੱਕ ਕਰੋ। ਹੁਣ ਤੁਸੀਂ ਆਪਣਾ ਪੰਨਾ ਵੇਖ ਸਕਦੇ ਹੋ। ਤੁਹਾਨੂੰ ਪੰਨੇ ਉੱਤੇ ਕਈ ਤਰ੍ਹਾਂ ਦੇ ਲਿੰਕ ਦਿਖਾਈ ਦਿੰਦੇ ਹਨ: ਇਨਬਾਕਸ, ਸਟਾਰਟ, ਇੰਪੋਰਟੈਂਟ, ਸੈਂਟ ਮੇਲ, ਡਰਾਫਟਸ ਅਤੇ ਕੰਪੋਜ਼। ਇਹ ਲਿੰਕ ਈਮੇਲ ਨਾਲ ਸੰਬੰਧਿਤ ਚੀਜ਼ਾਂ ਰੱਖਦੇ ਹਨ। ਇਨਬਾਕਸ ਦੇ ਵਿੱਚ ਤੁਹਾਡੀਆਂ ਸਾਰੀਆਂ ਆਈਆਂ ਹੋਈਆਂ ਮੇਲਸ ਹਨ। ਇਨਬਾਕਸ ਉੱਤੇ ਕਲਿੱਕ ਕਰਕੇ ਤੁਸੀਂ ਸਾਰੀਆਂ ਈਮੇਲ ਤੱਕ ਪਹੁੰਚ ਸਕਦੇ ਹੋ ਜਿਹੜੀਆਂ ਪ੍ਰਾਪਤ ਹੋਈਆਂ ਹਨ। ਤੁਸੀਂ ਆਪਣੇ ਆਨਲਾਈਨ ਮਿੱਤਰਾਂ ਨਾਲ ਗੱਲਬਾਤ ਵੀ ਕਰ ਸਕਦੇ ਹੋ। ਇਸ ਵਰਗ ਵਿੱਚ ਸੱਜੇ ਪਾਸੇ ਤੁਸੀਂ ਪ੍ਰਾਪਤ ਹੋਈਆਂ ਸਾਰੀਆਂ ਈਮੇਲਸ ਵੇਖ ਸਕਦੇ ਹੋ ਅਤੇ ਤੁਸੀਂ ਉਹਨਾਂ ਉੱਤੇ ਕਲਿੱਕ ਕਰਕੇ ਇੱਕ ਇੱਕ ਕਰਕੇ ਸਾਰੀਆਂ ਈਮੇਲਸ ਖੋਲ ਸਕਦੇ ਹੋ। ਜੇ ਤੁਸੀਂ ਕਿਸੇ ਈਮੇਲ ਦਾ ਜਵਾਬ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਿਰਫ ਈਮੇਲ ਦੇ ਸੱਜੇ ਪਾਸੇ ਦਿਸਦੇ ਤੀਰ ਉੱਤੇ ਕਲਿੱਕ ਕਰੋ ਅਤੇ ਫਿਰ ਰਿਪਲਾਈ ਬਟਨ ਉੱਤੇ ਕਲਿੱਕ ਕਰੋ। ਰਿਪਲਾਈ ਬਾਕਸ ਵਿੱਚ ਟੂ ਖੇਤਰ ਵਿੱਚ ਪ੍ਰਾਪਤ ਈਮੇਲ ਆਈਡੀ ਦਿਸਦੀ ਹੈ। ਸੁਨੇਹਾ ਭੇਜਣ ਵਾਲੇ ਖੇਤਰ ਵਿੱਚ ਆਪਣਾ ਜਵਾਬ ਟਾਈਪ ਕਰੋ ਅਤੇ ਫਿਰ ਈਮੇਲ ਭੇਜਣ ਲਈ ਸਭ ਤੋਂ ਉੱਤੇ ਬਣੇ ਸੈਂਡ ਬਟਨ ਉੱਤੇ ਕਲਿੱਕ ਕਰ ਦਿਓ। ਦੀਦੀ, ਮੈਂ ਆਪਣੇ ਕਿਸੇ ਵੀ ਮਿੱਤਰ ਨੂੰ ਈਮੇਲ ਕਿਵੇਂ ਭੇਜ ਸਕਦਾ ਹਾਂ? ਇਹ ਬਹੁਤ ਸੌਖਾ ਏ। ਸਿਰਫ ਇਹਨਾਂ ਗੱਲਾਂ ਉੱਤੇ ਧਿਆਨ ਦਿਓ। ਪਹਿਲਾਂ ਕੰਪੋਜ਼ ਬਟਨ ਉੱਤੇ ਕਲਿੱਕ ਕਰੋ। ਇੱਕ ਨਿਊ ਮੈਸੇਜ ਵਿੰਡੋ ਦਿਸਦੀ ਹੈ। ਫਿਰ ਟੂ ਖੇਤਰ ਵਿੱਚ ਜਿਹੜੇ ਮਨੁੱਖ ਨੂੰ ਈਮੇਲ ਭੇਜਣੀ ਹੈ ਉਸ ਦੀ ਈਮੇਲ ਆਈਡੀ ਟਾਈਪ ਕਰੋ। ਟੂ ਖੇਤਰ ਵਿੱਚ ਕਈ ਮਨੁੱਖਾਂ ਦੇ ਈਮੇਲ ਆਈਡੀ ਜੋੜ ਕੇ ਇਕੱਠੇ ਹੀ ਸਭ ਨੂੰ ਈਮੇਲ ਭੇਜ ਸਕਦੇ ਹੋ। ਹੁਣ ਸਬਜੈਕਟ ਖੇਤਰ ਵਿੱਚ ਆਪਣੇ ਸੁਨੇਹੇ ਦਾ ਵਿਸ਼ਾ ਟਾਈਪ ਕਰੋ। ਇਸ ਤੋਂ ਬਾਅਦ ਮੈਸੇਜ ਖੇਤਰ ਵਿੱਚ ਆਪਣਾ ਸੁਨੇਹਾ ਟਾਈਪ ਕਰੋ। ਤੁਸੀਂ ਸੁਨੇਹੇ ਦੇ ਨਾਲ ਦਸਤਾਵੇਜ਼ ਜਾਂ ਤਸਵੀਰ ਵੀ ਜੋੜ ਕੇ ਭੇਜ ਸਕਦੇ ਹੋ। ਇਸ ਦੇ ਲਈ ਸਬਜੈਕਟ ਬਾਕਸ ਦੇ ਹੇਠਾਂ ਅਟੈਚ ਅ ਫਾਈਲ ਲਿੰਕ ਉੱਤੇ ਕਲਿੱਕ ਕਰੋ। ਮੈਸੇਜ ਖੇਤਰ ਦੇ ਜ਼ਰਾ ਕੁ ਉੱਤੇ ਫਾਰਮੈਟਿੰਗ ਬਟਨ ਹਨ ਜਿਹੜੇ ਤੁਹਾਡੀ ਲੋੜ ਦੇ ਮੁਤਾਬਕ ਬਣਤਰ ਵਿੱਚ ਸੁਨੇਹਾ ਭੇਜਣ ਦੀ ਆਗਿਆ ਦਿੰਦੇ ਹਨ। ਇਸ ਤੋਂ ਮਗਰੋਂ ਸੁਨੇਹਾ ਭੇਜਣ ਲਈ ਸੈਂਡ ਬਟਨ ਉੱਤੇ ਕਲਿੱਕ ਕਰੋ। ਸਾਰੀਆਂ ਸਫਲਾ ਭੇਜੀਆਂ ਗਈਆਂ ਈਮੇਲ ਸੈਂਟ ਮੇਲ ਫੋਲਡਰ ਵਿੱਚ ਪਈਆਂ ਰਹਿੰਦੀਆਂ ਹਨ। ਤੁਹਾਡੀਆਂ ਕੁਝ ਅਧੂਰੀਆਂ ਈਮੇਲਸ ਡਰਾਫਟਸ ਫੋਲਡਰ ਵਿੱਚ ਇਕੱਠੀਆਂ ਹੁੰਦੀਆਂ ਹਨ। ਤੁਸੀਂ ਇਹਨਾਂ ਡਰਾਫਟਸ ਨੂੰ
ਕਦੇ ਵੀ ਪੂਰਾ ਕਰਕੇ ਭੇਜ ਸਕਦੇ ਹੋ। ਨਵਾਂ ਸੁਨੇਹਾ ਲਿਖਣ ਲਈ ਪਹਿਲਾਂ ਨਿਊ ਜਾਂ ਕੰਪੋਜ਼ ਮੇਲ ਉੱਤੇ ਕਲਿੱਕ ਕਰੋ, ਫਿਰ ਟੂ ਬਾਕਸ ਉੱਤੇ ਕਲਿੱਕ ਕਰੋ ਅਤੇ ਜਿਸ ਮਨੁੱਖ ਨੂੰ ਤੁਸੀਂ ਸੁਨੇਹਾ ਭੇਜਣਾ ਚਾਹੁੰਦੇ ਹੋ ਉਸ ਦਾ ਈਮੇਲ ਪਤਾ ਟਾਈਪ ਕਰੋ। ਜੇ ਇਸ ਸੁਨੇਹੇ ਦੀ ਕਾਪੀ ਤੁਸੀਂ ਕਿਸੇ ਦੂਜੇ ਮਨੁੱਖ ਨੂੰ ਭੇਜਣਾ ਚਾਹੁੰਦੇ ਹੋ ਤਾਂ ਉਸ ਮਨੁੱਖ ਦਾ ਈਮੇਲ ਪਤਾ ਸੀਸੀ ਬਾਕਸ ਵਿੱਚ ਟਾਈਪ ਕਰੋ। ਸੀਸੀ ਦਾ ਮਤਲਬ ਹੈ ਕਾਰਬਨ ਕਾਪੀ। ਹੁਣ ਸਬਜੈਕਟ ਬਾਕਸ ਵਿੱਚ ਆਪਣੇ ਸੁਨੇਹੇ ਦਾ ਛੋਟਾ ਸਿਰਲੇਖ ਟਾਈਪ ਕਰੋ। ਹੁਣ ਸਬਜੈਕਟ ਬਾਕਸ ਦੇ ਹੇਠਾਂ ਖਾਲੀ ਥਾਂ ਉੱਤੇ ਕਲਿੱਕ ਕਰੋ। ਇਸ ਥਾਂ ਤੇ ਤੁਸੀਂ ਆਪਣਾ ਸੁਨੇਹਾ ਟਾਈਪ ਕਰ ਸਕਦੇ ਹੋ। ਦੀਦੀ, ਸਾਰੀਆਂ ਜਾਣਕਾਰੀਆਂ ਦੇਣ ਲਈ ਮਿਹਰਬਾਨੀ। ਹੁਣ ਮੈਂ ਆਪਣੇ ਕਿਸੇ ਮਿੱਤਰ ਦੀ ਈਮੇਲ ਆਈਡੀ ਦਾ ਜਵਾਬ ਦੇਣਾ ਚਾਹੁੰਦਾ ਹਾਂ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ? ਈਮੇਲ ਦਾ ਜਵਾਬ ਦੇਣ ਲਈ ਇਸ ਤਰ੍ਹਾਂ ਕਰੋ। ਪਹਿਲਾਂ ਸੁਨੇਹਾ ਚੁਣੋ, ਫਿਰ ਰਿਪਲਾਈ ਉੱਤੇ ਕਲਿੱਕ ਕਰੋ। ਹੁਣ ਤੁਸੀਂ ਕੰਪੋਜ਼ ਪੰਨੇ ਉੱਤੇ ਆ ਜਾਓਗੇ। ਭੇਜਣ ਵਾਲੇ ਦਾ ਈਮੇਲ ਪਤਾ ਅਤੇ ਵਿਸ਼ਾ ਇਸ ਦੇ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੈ। ਹੁਣ ਸਬਜੈਕਟ ਬਾਕਸ ਦੇ ਹੇਠਾਂ ਵਾਲੀ ਥਾਂ ਉੱਤੇ ਕਲਿੱਕ ਕਰੋ, ਆਪਣਾ ਸੁਨੇਹਾ ਟਾਈਪ ਕਰੋ। ਜੇ ਤੁਸੀਂ ਸੁਨੇਹੇ ਨੂੰ ਡਰਾਫਟ ਦੇ ਤੌਰ ਤੇ ਰੱਖਣਾ ਚਾਹੁੰਦੇ ਹੋ ਤਾਂ ਸੇਵ ਡਰਾਫਟ ਜਾਂ ਸੇਵ ਨਾਓ ਉੱਤੇ ਕਲਿੱਕ ਕਰੋ, ਫਿਰ ਸੁਨੇਹਾ ਭੇਜਣ ਲਈ ਸੈਂਡ ਉੱਤੇ ਕਲਿੱਕ ਕਰੋ। ਤੁਸੀਂ ਆਪਣੇ ਈਮੇਲ ਸੁਨੇਹੇ ਨਾਲ ਕੋਈ ਤਸਵੀਰ, ਫਾਈਲ ਜਾਂ ਦਸਤਾਵੇਜ਼ ਜੋੜ ਕੇ ਵੀ ਭੇਜ ਸਕਦੇ ਹੋ। ਪਹਿਲਾਂ ਕੰਪੋਜ਼ ਪੰਨੇ ਦੇ ਹੇਠਾਂ ਅਟੈਚ ਫਾਈਲਸ ਆਈਕਨ ਉੱਤੇ ਕਲਿੱਕ ਕਰੋ। ਇੱਕ ਨਵੀਂ ਵਿੰਡੋ ਦਿਸੇਗੀ ਜਿੱਥੇ ਤੁਸੀਂ ਫਾਈਲਾਂ ਸੁਰੱਖਿਅਤ ਰੱਖੀਆਂ ਹਨ ਅਤੇ ਕਹੇਗੀ ਕਿ ਤੁਸੀਂ ਫੋਲਡਰ ਵਿੱਚੋਂ ਕਿਹੜੀ ਫਾਈਲ ਦੀ ਚੋਣ ਕਰਨੀ ਹੈ। ਸਾਰੀਆਂ ਫਾਈਲਾਂ ਫਰੋਲੋ ਅਤੇ ਉਸ ਉੱਤੇ ਕਲਿੱਕ ਕਰੋ ਜਿਹੜੀ ਫਾਈਲ ਤੁਸੀਂ ਜੋੜਨਾ ਚਾਹੁੰਦੇ ਹੋ। ਫਿਰ ਵਿੰਡੋ ਉੱਤੇ ਓਪਨ ਉੱਤੇ ਕਲਿੱਕ ਕਰੋ। ਇਹ ਫਾਈਲ ਜੋੜਨਾ ਚਾਹੁੰਦੇ ਹੋ ਤੁਹਾਨੂੰ ਸਬਜੈਕਟ ਬਾਕਸ ਦੇ ਹੇਠਾਂ ਦਿਸੇਗੀ, ਫਿਰ ਸੁਨੇਹਾ ਭੇਜਣ ਲਈ ਸੈਂਡ ਉੱਤੇ ਕਲਿੱਕ ਕਰੋ। ਇੱਕ ਸੁਨੇਹਾ ਜਾਂ ਕਈ ਸੁਨੇਹੇ ਮੇਟਣ ਲਈ ਪਹਿਲਾਂ ਇਨਬਾਕਸ ਉੱਤੇ ਕਲਿੱਕ ਕਰੋ। ਜਿਹੜੇ ਸੁਨੇਹੇ ਤੁਸੀਂ ਮੇਟਣਾ ਚਾਹੁੰਦੇ ਹੋ ਉਹਨਾਂ ਨੂੰ ਖਾਨੇ ਵਿੱਚ ਬਣੇ ਸਹੀ ਉੱਤੇ ਕਲਿੱਕ ਕਰੋ ਅਤੇ ਫਿਰ ਪੰਨੇ ਦੇ ਬਿਲਕੁਲ ਉੱਤੇ ਬਣੇ ਡਿਲੀਟ ਆਈਕਨ ਉੱਤੇ ਕਲਿੱਕ ਕਰੋ। ਪਹਿਲਾਂ ਸਾਈਨ ਆਊਟ ਲਿੰਕ ਲੱਭੋ ਜਿਹੜਾ ਜ਼ਿਆਦਾਤਰ ਤੁਹਾਡੇ ਈਮੇਲ ਖਾਤੇ ਦੇ ਸੱਜੇ ਪਾਸੇ ਹੁੰਦਾ ਹੈ। ਆਪਣੇ ਈਮੇਲ ਖਾਤੇ ਵਿੱਚੋਂ ਬਾਹਰ ਨਿਕਲਣ ਲਈ ਸਾਈਨ ਆਊਟ ਉੱਤੇ ਕਲਿੱਕ ਕਰੋ। ਜਿਸ ਤੋਂ ਤੁਹਾਨੂੰ ਈਮੇਲ ਮਿਲੀ ਹੈ ਉਸ ਨੂੰ ਹੀ ਈਮੇਲ ਭੇਜਣ ਲਈ ਰਿਪਲਾਈ ਵਿਕਲਪ ਚੁਣੋ। ਈਮੇਲ ਵਿੱਚ ਜਿੰਨੀਆਂ ਈਮੇਲ ਤੁਹਾਨੂੰ ਮਿਲੀਆਂ ਹਨ ਉਹਨਾਂ ਨੂੰ ਈਮੇਲ ਭੇਜਣ ਲਈ ਰਿਪਲਾਈ ਆਲ ਵਿਕਲਪ ਚੁਣੋ। ਜੇ ਤੁਸੀਂ ਕਿਸੇ ਨੂੰ ਈਮੇਲ ਭੇਜਣਾ ਚਾਹੁੰਦੇ ਹੋ ਪਰ ਜਿਸ ਦਾ ਈਮੇਲ ਆਈਡੀ ਕਿਸੇ ਵੀ ਖੇਤਰ ਵਿੱਚ ਜੁੜਿਆ ਨਹੀਂ ਹੈ ਤਾਂ ਤੁਸੀਂ ਉਸ ਨੂੰ ਫਾਰਵਰਡ ਬਟਨ ਦਾ ਇਸਤੇਮਾਲ ਕਰਕੇ ਈਮੇਲ ਅੱਗੇ ਭੇਜ ਸਕਦੇ ਹੋ। ਤੁਹਾਨੂੰ ਸਿਰਫ ਉਸ ਮਨੁੱਖ ਦੀ ਈਮੇਲ ਆਈਡੀ ਟਾਈਪ ਕਰਨ ਦੀ ਲੋੜ ਹੈ ਅਤੇ ਫਿਰ ਸੈਂਡ ਉੱਤੇ ਕਲਿੱਕ ਕਰ ਦਿਓ। ਅਟੈਚਮੈਂਟਸ ਫਾਈਲਾਂ ਹਨ ਜਿਹੜੀਆਂ ਸੁਨੇਹਿਆਂ ਦੇ ਨਾਲ ਰਿਪੋਰਟ, ਦਸਤਾਵੇਜ਼ ਜਾਂ ਤਸਵੀਰਾਂ ਦੇ ਰੂਪ ਵਿੱਚ ਹਨ। ਹੁਣ ਮੈਨੂੰ ਵੇਖਣ ਦਿਓ ਤੁਸੀਂ ਕਿਵੇਂ ਖਾਤਾ ਲੌਗਇਨ ਕਰਦੇ ਹੋ, ਈਮੇਲ ਲਿਖਦੇ ਹੋ, ਤਸਵੀਰ ਜੋੜਦੇ ਹੋ ਅਤੇ ਆਪਣੇ ਮਿੱਤਰ ਨੂੰ ਭੇਜਦੇ ਹੋ। ਹਾਂ, ਮੈਂ ਇਸ ਨੂੰ ਆਪਣੇ ਆਪ ਕਰਨ ਵਿੱਚ ਬਹੁਤ ਦਿਲਚਸਪੀ ਰੱਖਦਾ ਹਾਂ। ਕਦਮ 1, ਜੀਮੇਲ ਹੋਮ ਪੇਜ ਵਿੱਚ ਆਪਣਾ ਈਮੇਲ ਆਈਡੀ ਅਤੇ ਪਾਸਵਰਡ ਪਾਓ ਅਤੇ ਸਾਈਨ ਇਨ ਉੱਤੇ ਕਲਿੱਕ ਕਰੋ। ਕਦਮ 2, ਕੰਪੋਜ਼ ਬਟਨ ਉੱਤੇ ਕਲਿੱਕ ਕਰੋ, ਇੱਕ ਨਵੀਂ ਮੈਸੇਜ ਵਿੰਡੋ ਵਿਖਾਈ ਦੇਵੇਗੀ। ਕਦਮ 3, ਟੂ ਖੇਤਰ ਵਿੱਚ ਆਪਣੇ ਮਿੱਤਰ ਦਾ ਈਮੇਲ ਆਈਡੀ ਟਾਈਪ ਕਰੋ। ਕਦਮ 4, ਸਬਜੈਕਟ ਖੇਤਰ ਵਿੱਚ ਆਪਣੇ ਸੁਨੇਹੇ ਦਾ ਵਿਸ਼ਾ ਟਾਈਪ ਕਰੋ। ਕਦਮ 5, ਤਸਵੀਰ ਜੋੜਨ ਲਈ ਅਟੈਚ ਫਾਈਲ ਉੱਤੇ ਕਲਿੱਕ ਕਰੋ। ਕਦਮ 6, ਇੱਕ ਨਵੀਂ ਵਿੰਡੋ ਦਿਸਦੀ ਹੈ, ਫੋਟੋ ਚੁਣੋ ਅਤੇ ਓਪਨ ਉੱਤੇ ਕਲਿੱਕ ਕਰੋ। ਕਦਮ 7, ਮੈਸੇਜ ਬਾਕਸ ਵਿੱਚ ਆਪਣਾ ਸੁਨੇਹਾ ਟਾਈਪ ਕਰੋ। ਕਦਮ 8, ਈਮੇਲ ਭੇਜਣ ਲਈ ਸੈਂਡ ਬਟਨ ਦੱਬੋ। ਮੈਂ ਜਾਣਦੀ ਹਾਂ ਤੁਸੀਂ ਹੁਣ ਈਮੇਲ ਸੇਵਾ ਇਸਤੇਮਾਲ ਕਰ ਸਕਦੇ ਹੋ। ਇੱਥੇ ਹੁਣ ਇੱਕ ਗਤੀਵਿਧੀ ਹੈ
ਦੁਬਾਰਾ ਤਾਜ਼ਾ ਕਰਨ ਲਈ ਕਿ ਤੁਸੀਂ ਕੀ ਸਿੱਖਿਆ। ਇੱਥੇ ਬੜੇ ਚੰਗੇ ਤਰੀਕੇ ਹਨ ਜਿਨ੍ਹਾਂ ਦੇ ਜ਼ਰੀਏ ਤੁਸੀਂ ਇੰਟਰਨੈਟ ਇਸਤੇਮਾਲ ਕਰ ਸਕਦੇ ਹੋ। ਉਹਨਾਂ ਵਿੱਚੋਂ ਇੱਕ ਇਹ ਹੈ ਕਿ ਤੁਸੀਂ ਵੌਇਸ ਮੇਲ ਵੀ ਭੇਜ ਸਕਦੇ ਹੋ ਜਾਂ ਇੰਟਰਨੈਟ ਨੂੰ ਮੋਬਾਈਲ ਫੋਨ ਵਾਂਗੂ ਇਸਤੇਮਾਲ ਕਰ ਸਕਦੇ ਹੋ। ਸੱਚੀ ਦੀਦੀ, ਵਾਹ, ਇਹ ਤਾਂ ਬੜਾ ਉਤੇਜਿਤ ਕਰਨ ਵਾਲਾ ਹੈ। ਹਾਂ ਰੋਹਨ, ਇਹ ਸੇਵਾਵਾਂ ਹਨ ਜਿਹੜੀਆਂ ਇੰਟਰਨੈਟ ਨੂੰ ਫੋਨ ਲਈ ਸੰਭਵ ਬਣਾਉਂਦੀਆਂ ਹਨ। ਕੀ ਇਹਨਾਂ ਵਿੱਚੋਂ ਕੁਝ ਬਾਰੇ ਮੈਨੂੰ ਦੱਸ ਸਕਦੇ ਹੋ? ਕਿਉਂ ਨਹੀਂ, ਹੁਣ ਇਹਨਾਂ ਸੇਵਾਵਾਂ ਬਾਰੇ ਗੱਲ ਕਰਦੇ ਹਾਂ। ਇੰਟਰਨੈਟ ਨੂੰ ਫੋਨ ਸੇਵਾ ਦੇ ਤੌਰ ਤੇ ਇਸਤੇਮਾਲ ਕਰਨ ਲਈ ਇੱਕ ਤਕਨੀਕ ਹੈ ਵੌਇਸ ਓਵਰ ਇੰਟਰਨੈਟ ਪ੍ਰੋਟੋਕਾਲ। VOIP ਦੇ ਜ਼ਰੀਏ VOIP ਸੇਵਾ ਪ੍ਰੋਵਾਈਡਰ ਅਤੇ ਸਟੈਂਡਰਡ ਕੰਪਿਊਟਰ ਆਡੀਓ ਸਿਸਟਮਸ ਦਾ ਇਸਤੇਮਾਲ ਕਰਦੇ ਹੋਏ ਇੰਟਰਨੈਟ ਉੱਤੇ ਫੋਨ ਕੀਤੇ ਜਾ ਸਕਦੇ ਹਨ। VOIP ਲੰਮੀ ਦੂਰੀ ਤੇ ਟੈਲੀਫੋਨ ਕਰਨ ਵਾਸਤੇ ਖਾਸ ਕੀਮਤ ਬਚਾਉਣ ਲਈ ਵੀ ਪ੍ਰਸਤਾਵ ਰੱਖਦਾ ਹੈ। ਸਕਾਈਪੀ VOIP ਦੀ ਇੱਕ ਵੱਡੀ ਮਿਸਾਲ ਹੈ। ਹੁਣ ਸਿੱਖਦੇ ਹਾਂ ਕਿ ਇੱਕ ਸਕਾਈਪੀ ਨੂੰ ਕਿਵੇਂ ਡਾਊਨਲੋਡ ਕਰਕੇ ਇੰਸਟਾਲ ਕਰੀਏ। ਸਕਾਈਪੀ ਸੰਚਾਰ ਦਾ ਇੱਕ ਔਜ਼ਾਰ ਹੈ ਜਿਹੜਾ ਤੁਹਾਨੂੰ ਇੰਟਰਨੈਟ ਉੱਤੇ ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚ ਇੰਟਰਨੈਟ ਦੇ ਜ਼ਰੀਏ ਗੱਲਬਾਤ ਕਰਨ ਦੀ ਇਜਾਜ਼ਤ ਦਿੰਦਾ ਹੈ। ਸਕਾਈਪੀ ਇਸਤੇਮਾਲ ਕਰਨ ਵਾਲੇ ਕੰਪਿਊਟਰ, ਲੈਪਟਾਪ ਤੋਂ ਫੋਨ ਬਗੈਰ ਫੀਸ ਤੇ ਕਰ ਸਕਦੇ ਹਨ, ਜਦੋਂ ਕਿ ਮੋਬਾਈਲ ਜਾਂ ਲੈਂਡਲਾਈਨ ਤੋਂ ਫੋਨ ਕਰਨ ਲਈ ਫੀਸ ਭਰਨੀ ਹੈ। ਸਕਾਈਪੀ ਦੀਆਂ ਖਾਸੀਅਤਾਂ ਹਨ ਇੰਸਟੈਂਟ ਮੈਸੇਜਿੰਗ, ਫਾਈਲ ਟ੍ਰਾਂਸਫਰ, ਵੌਇਸ ਕਾਲਸ ਅਤੇ ਵੀਡੀਓ ਕਾਲਸ। ਸਕਾਈਪੀ ਨੂੰ ਕਿਵੇਂ ਡਾਊਨਲੋਡ ਕਰਕੇ ਇੰਸਟਾਲ ਕਰੀਏ? ਪਹਿਲਾਂ ਸਟਾਰਟ ਬਟਨ ਉੱਤੇ ਕਲਿੱਕ ਕਰੋ ਅਤੇ ਫਿਰ ਇੰਟਰਨੈਟ ਐਕਸਪਲੋਰਰ ਉੱਤੇ ਕਲਿੱਕ ਕਰੋ। ਇੱਕ ਵਾਰੀ ਇੰਟਰਨੈਟ ਐਕਸਪਲੋਰਰ ਖੁੱਲਦਾ ਹੈ ਤਾਂ ਟਾਈਪ ਕਰੋ ਐਡਰੈਸ ਬਾਰ ਵਿੱਚ www.skype.com। ਹੁਣ ਗੋ ਬਟਨ ਉੱਤੇ ਕਲਿੱਕ ਕਰੋ ਜਾਂ ਐਂਟਰ ਦੱਬੋ। ਸਕਾਈਪੀ ਹੋਮ ਪੇਜ ਹੁਣ ਖੁੱਲ ਗਿਆ ਹੈ। ਹੁਣ ਡਾਊਨਲੋਡ ਲਿੰਕ ਉੱਤੇ ਕਲਿੱਕ ਕਰੋ। ਕੰਪਿਊਟਰ ਚੂਕ ਨਾਲ ਡਿਵਾਈਸ ਸੈਕਸ਼ਨ ਵਿੱਚ ਚੁਣਿਆ ਗਿਆ ਹੈ। ਇਸ ਤੋਂ ਬਾਅਦ ਵਿੰਡੋਜ਼ ਡੈਸਕਟੌਪ ਬਟਨ ਵਾਸਤੇ ਗੈਟ ਸਕਾਈਪੀ ਉੱਤੇ ਕਲਿੱਕ ਕਰੋ। ਹੁਣ ਸਕਾਈਪ ਸੈਟਅਪ .exe ਦਾ ਪਹਿਲਾ ਪੰਨਾ ਦਿਸਦਾ ਹੈ। ਹੁਣ ਸੇਵ ਬਟਨ ਉੱਤੇ ਕਲਿੱਕ ਕਰੋ ਅਤੇ ਫਾਈਲ ਨੂੰ ਆਪਣੇ ਕੰਪਿਊਟਰ ਵਿੱਚ ਸਹੀ ਥਾਂ ਉੱਤੇ ਸੁਰੱਖਿਅਤ ਕਰੋ। ਐਪਲੀਕੇਸ਼ਨ ਨੂੰ ਇੰਸਟਾਲ ਕਰਨ ਲਈ ਜਿੱਥੇ ਸੈਟਅਪ ਫਾਈਲ ਸੁਰੱਖਿਅਤ ਰੱਖੀ ਹੈ ਉਸੇ ਥਾਂ ਉੱਤੇ ਜਾਓ ਅਤੇ ਫਿਰ ਸਕਾਈਪੀ ਸੈਟਅਪ .exe ਫਾਈਲ ਉੱਤੇ ਦੋ ਵਾਰੀ ਕਲਿੱਕ ਕਰੋ। ਸਿਕਿਉਰਿਟੀ ਚੇਤਾਵਨੀ ਫਾਈਲ ਖੁੱਲ੍ਹਦੀ। ਅੱਗੇ ਇੰਸਟਾਲੇਸ਼ਨ ਸ਼ੁਰੂ ਕਰਨ ਲਈ ਰਨ ਬਟਨ ਉੱਤੇ ਕਲਿੱਕ ਕਰੋ। ਹੁਣ ਲੈਂਗੁਏਜ ਡ੍ਰੌਪ ਡਾਊਨ ਮੈਨਿਊ ਵਿੱਚ ਅੰਗਰੇਜ਼ੀ ਚੁਣੋ ਅਤੇ ਫਿਰ ਅੱਗੇ ਆਈ ਐਗਰੀ ਬਟਨ ਉੱਤੇ ਕਲਿੱਕ ਕਰੋ। ਫਿਰ ਕੰਟੀਨਿਊ ਬਟਨ ਉੱਤੇ ਕਲਿੱਕ ਕਰੋ। ਸਕਾਈਪੀ ਇੰਸਟਾਲੇਸ਼ਨ ਸ਼ੁਰੂ ਹੁੰਦੀ ਹੈ। ਇੰਸਟਾਲੇਸ਼ਨ ਪੂਰੀ ਹੋਣ ਤੱਕ ਉਡੀਕ ਕਰੋ। ਇੰਸਟਾਲੇਸ਼ਨ ਇੱਕ ਵਾਰੀ ਪੂਰੀ ਹੋ ਜਾਏ ਤਾਂ ਅਕਾਊਂਟ ਬਟਨ ਉੱਤੇ ਕ੍ਰੀਏਟ ਉੱਤੇ ਕਲਿੱਕ ਕਰੋ। ਇੱਕ ਸਾਈਨ ਅਪ ਵੈਬ ਪੰਨਾ ਦਿਸਦਾ ਹੈ। ਹੁਣ ਚਾਹੀਦੇ ਬਿਊਰੇ ਰਜਿਸਟ੍ਰੇਸ਼ਨ ਫਾਰਮ ਵਿੱਚ ਭਰੋ। ਅੱਗੇ ਬਾਕਸ ਵਿੱਚ ਦਿਸਦੇ ਸਿਕਿਉਰਿਟੀ ਅੱਖਰਾਂ ਨੂੰ ਦਾਖਲ ਕਰੋ ਅਤੇ ਫਿਰ ਹੁਣ ਮੈਂ ਤੁਹਾਨੂੰ ਪੜਾਵਾਂਗੀ ਕਿ ਸਕਾਈਪੀ ਇਸਤੇਮਾਲ ਕਰਦੇ ਹੋਏ ਸੰਪਰਕਾਂ ਦੀ ਇੱਕ ਦੂਜੇ ਨਾਲ ਕਿਰਿਆ ਕਿਵੇਂ ਹੋਵੇ। ਹਾਂ, ਕਿਰਪਾ ਕਰਕੇ ਕਰੋ, ਇਹ ਸਾਰਾ ਕੁਝ ਬਹੁਤ ਚੰਗਾ ਏ। ਸਕਾਈਪੀ ਸ਼ੁਰੂ ਕਰਨ ਲਈ ਆਪਣਾ ਸਕਾਈਪੀ ਨਾਂ ਅਤੇ ਪਾਸਵਰਡ ਦਾਖਲ ਕਰੋ ਅਤੇ ਫਿਰ ਬਟਨ ਵਿੱਚ ਸਾਈਨ ਮੀ ਉੱਤੇ ਕਲਿੱਕ ਕਰੋ। ਹੁਣ ਤੁਹਾਨੂੰ ਸਕਾਈਪੀ ਉੱਤੇ ਸੰਪਰਕ ਜੋੜਨ ਦੀ ਲੋੜ ਹੈ। ਮੈਨਿਊ ਵਿੱਚੋਂ ਕੰਟੈਕਟਸ ਵਿਕਲਪ ਉੱਤੇ ਕਲਿੱਕ ਕਰੋ, ਜੋੜਨ ਵਾਲਾ ਸੰਪਰਕ ਚੁਣੋ ਅਤੇ ਫਿਰ ਸਰਚ ਸਕਾਈਪੀ ਡਾਇਰੈਕਟਰੀ ਦੀ ਚੋਣ ਕਰੋ। ਉਸ ਮਨੁੱਖ ਦੇ ਬਿਊਰੇ ਦਿਓ ਜਿਹਨੂੰ ਤੁਸੀਂ ਜੋੜਨਾ ਚਾਹੁੰਦੇ ਹੋ। ਇਹ ਈਮੇਲ, ਫੋਨ ਨੰਬਰ, ਨਾਂ ਅਤੇ ਸਕਾਈਪੀ ਨਾਂ ਦੇ ਬਿਊਰੇ ਵਾਸਤੇ ਕਹਿੰਦਾ ਹੈ। ਸੰਪਰਕ ਲੱਭੋ ਅਤੇ ਫਿਰ ਸੰਪਰਕ ਨੂੰ ਜੋੜਨ ਲਈ ਐਡ ਬਟਨ ਉੱਤੇ ਕਲਿੱਕ ਕਰੋ। ਇੱਕ ਕੰਟੈਕਟ ਰਿਕੁਐਸਟ ਬਾਕਸ ਦਿਸਦਾ ਹੈ। ਸੈਂਡ ਰਿਕੁਐਸਟ ਬਟਨ ਉੱਤੇ ਕਲਿੱਕ ਕਰੋ। ਜਦੋਂ ਮਨੁੱਖ ਤੁਹਾਡੀ ਗੁਜ਼ਾਰਿਸ਼ ਸਵੀਕਾਰ ਕਰਦਾ ਹੈ ਤਾਂ ਉਸ ਦਾ ਨਾਂ ਤੁਹਾਡੀ ਸੰਪਰਕ ਸੂਚੀ ਉੱਤੇ ਦਿਸਦਾ ਹੈ। ਜਿਹੜਾ ਆਨਲਾਈਨ ਹੈ ਉਸ ਦਾ ਸੰਪਰਕ ਚੁਣ ਕੇ
ਤੁਸੀਂ ਆਪਣੇ ਸੰਪਰਕਾਂ ਵਿੱਚ ਰਲਾ ਸਕਦੇ ਹੋ। ਜਿਹੜਾ ਸੰਪਰਕ ਨਾਂ ਆਨਲਾਈਨ ਦਿਸ ਰਿਹਾ ਹੈ ਉਸ ਦੇ ਨੇੜੇ ਹੀ ਹਰੇ ਰੰਗ ਦਾ ਚੈੱਕ ਮਾਰਕ ਦਿਸੇਗਾ। ਕੰਟੈਕਟਸ ਟੈਬ ਉੱਤੇ ਕਲਿੱਕ ਕਰੋ। ਉਸ ਬੰਦੇ ਦੇ ਨਾਂ ਉੱਤੇ ਕਲਿੱਕ ਕਰੋ ਜਿਸ ਨਾਲ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ। ਇੱਕ ਚੈਟ ਵਿੰਡੋ ਮਨੁੱਖ ਦੇ ਨਾਂ ਨਾਲ ਦਿਸਦੀ ਹੈ। ਚੈਟ ਬਾਕਸ ਵਿੱਚ ਕਰਸਰ ਰੱਖੋ ਅਤੇ ਆਪਣੇ ਸੁਨੇਹੇ ਟਾਈਪ ਕਰਨਾ ਸ਼ੁਰੂ ਕਰੋ। ਸੁਨੇਹਾ ਭੇਜਣ ਲਈ ਸੈਂਡ ਉੱਤੇ ਕਲਿੱਕ ਕਰੋ ਜਾਂ ਐਂਟਰ ਦੱਬੋ। ਵੌਇਸ ਕਾਲ ਵਾਸਤੇ ਕਾਲ ਬਟਨ ਉੱਤੇ ਕਲਿੱਕ ਕਰੋ। ਜੇ ਸੰਪਰਕ ਤੁਹਾਡੀ ਕਾਲ ਸਵੀਕਾਰ ਕਰਦਾ ਹੈ ਤਾਂ ਤੁਸੀਂ ਉਸ ਨਾਲ ਗੱਲ ਕਰ ਸਕਦੇ ਹੋ। ਕਾਲ ਖਤਮ ਕਰਨ ਲਈ ਐਂਡ ਕਾਲ ਬਟਨ ਉੱਤੇ ਕਲਿੱਕ ਕਰੋ। ਜੇ ਤੁਹਾਡੇ ਕੰਪਿਊਟਰ ਵਿੱਚ ਵੈਬ ਕੈਮਰਾ ਲੱਗਾ ਹੋਇਆ ਹੈ ਤਾਂ ਇਸੇ ਤਰ੍ਹਾਂ ਤੁਸੀਂ ਵੀਡੀਓ ਕਾਲ ਵੀ ਕਰ ਸਕਦੇ ਹੋ। ਵੀਡੀਓ ਕਾਲ ਸ਼ੁਰੂ ਕਰਨ ਲਈ ਵੀਡੀਓ ਕਾਲ ਬਟਨ ਉੱਤੇ ਕਲਿੱਕ ਕਰੋ। ਸੰਪਰਕਾਂ ਵਿੱਚੋਂ ਸੰਪਰਕ ਚੁਣ ਕੇ ਤੁਸੀਂ ਉਹਨਾਂ ਨਾਲ ਫਾਈਲਾਂ ਵੀ ਸਾਂਝੀਆਂ ਕਰ ਸਕਦੇ ਹੋ। ਕਨਵਰਸੇਸ਼ਨ ਬਟਨ ਚੁਣੋ, ਸੈਂਡ ਚੁਣੋ ਅਤੇ ਫਿਰ ਫਾਈਲ ਬਟਨ। ਬਰਾਊਜ਼ ਵਿੱਚ ਜਾ ਕੇ ਆਪਣੀ ਫਾਈਲ ਚੁਣੋ ਜੋ ਭੇਜਣਾ ਚਾਹੁੰਦੇ ਹੋ ਅਤੇ ਫਿਰ ਓਪਨ ਉੱਤੇ ਕਲਿੱਕ ਕਰੋ। ਤੁਹਾਡਾ ਸੰਪਰਕ ਵੀ ਤੁਹਾਨੂੰ ਕੋਈ ਫਾਈਲ ਭੇਜ ਸਕਦਾ ਹੈ। ਇਹ ਨੋਟੀਫਿਕੇਸ਼ਨ ਵਿੰਡੋ ਵਿੱਚ ਸੰਪਰਕ ਸੂਚੀ ਵਿੱਚ ਆਏਗੀ ਜਿਸ ਉੱਤੇ ਸੰਤਰੀ ਰੰਗ ਦਾ ਸਹੀ ਨਿਸ਼ਾਨ ਲੱਗਾ ਹੋਏਗਾ। ਤੁਸੀਂ ਸੇਵ ਐਜ਼ ਬਟਨ ਉੱਤੇ ਕਲਿੱਕ ਕਰਕੇ ਫਾਈਲ ਪ੍ਰਾਪਤ ਕਰ ਸਕਦੇ ਹੋ। ਉਹ ਥਾਂ ਲੱਭੋ ਜਿੱਥੇ ਤੁਸੀਂ ਸੇਵ ਕਰਨਾ ਚਾਹੁੰਦੇ ਹੋ ਅਤੇ ਫਿਰ ਸੇਵ ਬਟਨ ਉੱਤੇ ਕਲਿੱਕ ਕਰੋ ਜਿਹੜਾ ਡਾਇਲੌਗ ਬਾਕਸ ਵਿੱਚ ਦਿਸਦਾ ਹੈ। ਫਾਈਲ ਖੋਲ੍ਹਣ ਲਈ ਓਪਨ ਫਾਈਲ ਉੱਤੇ ਕਲਿੱਕ ਕਰੋ ਜਾਂ ਸ਼ੋ ਇਨ ਫੋਲਡਰ ਉੱਤੇ ਕਲਿੱਕ ਕਰੋ। ਤੁਸੀਂ ਇੱਕ ਵਾਰੀ ਸਕਾਈਪੀ ਇਸਤੇਮਾਲ ਕੀਤਾ ਹੈ, ਸਕਾਈਪੀ ਉੱਤੇ ਕਲਿੱਕ ਕਰੋ ਅਤੇ ਸਾਈਨ ਆਊਟ ਬਟਨ ਚੁਣੋ। ਹੁਣ ਤੁਸੀਂ ਸਕਾਈਪੀ ਖਾਤੇ ਤੋਂ ਬਾਹਰ ਹੋ। ਹੁਣ ਮੈਂ ਵੇਖਦੀ ਹਾਂ ਤੁਸੀਂ ਆਪਣੇ ਕਿਵੇਂ ਸਕਾਈਪੀ ਇਸਤੇਮਾਲ ਕਰਦੇ ਹੋ। ਪੱਕਾ ਕਦਮ 1 ਸਕਾਈਪੀ ਸ਼ੁਰੂ ਕਰੋ। ਕਦਮ 2 ਆਪਣਾ ਸਕਾਈਪੀ ਨਾਂ ਅਤੇ ਪਾਸਵਰਡ ਦਾਖਲ ਕਰੋ ਅਤੇ ਫਿਰ ਸਾਈਨ ਇਨ ਉੱਤੇ ਕਲਿੱਕ ਕਰੋ। ਕਦਮ 3 ਕੰਟੈਕਟ ਟੈਬ ਉੱਤੇ ਕਲਿੱਕ ਕਰੋ ਅਤੇ ਮਿੱਤਰ ਚੁਣੋ ਜਿਸ ਨਾਲ ਤੁਸੀਂ ਗੱਲਾਂ ਕਰਨਾ ਚਾਹੁੰਦੇ ਹੋ। ਕਦਮ 4 ਗੱਲਬਾਤ ਸ਼ੁਰੂ ਕਰਨ ਲਈ ਕਾਲ ਵੀਡੀਓ ਕਾਲ ਬਟਨ ਉੱਤੇ ਕਲਿੱਕ ਕਰੋ। ਹੁਣ ਮੈਂ ਤੁਹਾਨੂੰ ਇੱਕ ਹੋਰ ਸੇਵਾ ਵਿਖਾਉਂਦੀ ਹਾਂ ਜਿਸ ਨੂੰ ਤੁਸੀਂ ਸਮਾਨ ਉਦੇਸ਼ ਲਈ ਇਸਤੇਮਾਲ ਕਰ ਸਕਦੇ ਹੋ। ਇਹ ਹੈਂਗ ਆਊਟ ਕਹਾਉਂਦੀ ਹੈ। ਹੈਂਗ ਆਊਟ? ਹਾਂ, ਹੈਂਗ ਆਊਟ। ਇਹ ਛੇਤੀ ਸੁਨੇਹੇ ਭੇਜਣ ਅਤੇ ਵੀਡੀਓ ਚੈਟ ਦਾ ਪਲੇਟਫਾਰਮ ਹੈ ਜਿਸ ਨੂੰ ਗੂਗਲ ਨੇ ਵਿਕਸਿਤ ਕੀਤਾ ਹੈ। ਇਹ 3 ਸੁਨੇਹਿਆਂ ਦਾ ਇਕੱਠਾ ਵਰਜ਼ਨ ਹੈ। ਇਹ ਗੂਗਲ ਦੇ ਉਤਪਾਦਨ ਹਨ ਜਿਨ੍ਹਾਂ ਦੇ ਨਾਂ ਹਨ ਟਾਕ, ਗੂਗਲ ਪਲੱਸ ਮੈਸੇਂਜਰ ਅਤੇ ਹੈਂਗ ਆਊਟ। ਹੈਂਗ ਆਊਟ 2, 3 ਜਾਂ ਜ਼ਿਆਦਾ ਇਸਤੇਮਾਲ ਕਰਨ ਵਾਲਿਆਂ ਵਿੱਚ ਗੱਲਬਾਤ ਕਰਨ ਦੀ ਇਜਾਜ਼ਤ ਦਿੰਦਾ ਹੈ। ਹੈਂਗ ਆਊਟ ਅਰਜ਼ੀ ਵਿੱਚ ਬਹੁਤ ਸਾਰੀਆਂ ਖਾਸੀਅਤਾਂ ਮੌਜੂਦ ਹਨ। ਹੈਂਗ ਆਊਟ ਇਸਤੇਮਾਲ ਸ਼ੁਰੂ ਕਰਨ ਲਈ ਇਹਨਾਂ ਕਦਮਾਂ ਉੱਤੇ ਤੁਰੋ। ਪਹਿਲਾਂ ਹੈਂਗ ਆਊਟ ਉਤਪੰਨ ਕਰਨ ਲਈ ਗੂਗਲ ਪਲੱਸ ਨੂੰ ਸਾਈਨ ਇਨ ਕਰੋ। ਗੂਗਲ ਪਲੱਸ ਇੱਕ ਸਮਾਜਕ ਨੈੱਟਵਰਕ ਸਾਈਟ ਹੈ ਜਿਹੜੀ ਗੂਗਲ ਖਾਤਾ ਧਾਰਕਾਂ ਲਈ ਬਣਾਈ ਗਈ ਹੈ। ਹੁਣ ਹੈਂਗ ਆਊਟ ਫਰੇਮ ਲੱਭੋ। ਗੂਗਲ ਪਲੱਸ ਪੇਜ ਦੇ ਸੱਜੇ ਪਾਸੇ ਹੈਂਗ ਆਊਟਸ ਸਥਿਤ ਹਨ। ਅੱਗੇ ਨਵਾਂ ਹੈਂਗ ਆਊਟ ਬਣਾਓ। ਹੈਂਗ ਆਊਟ ਸੂਚੀ ਵਿੱਚ ਸਭ ਤੋਂ ਉੱਤੇ ਨਿਊ ਹੈਂਗ ਆਊਟ ਉੱਤੇ ਕਲਿੱਕ ਕਰੋ। ਇਹ ਸੂਚੀ ਤੁਹਾਡੇ ਸੰਪਰਕਾਂ ਅਤੇ ਗੂਗਲ ਪਲੱਸ ਸਰਕਲਸ ਵਿੱਚ ਬਦਲ ਜਾਏਗੀ। ਬਾਕਸ ਚੈੱਕ ਕਰੋ ਅੱਗੇ ਜਿਨ੍ਹਾਂ ਲੋਕਾਂ ਦੇ ਨਾਂ ਤੁਸੀਂ ਹੈਂਗ ਆਊਟ ਵਿੱਚ ਜੋੜਨਾ ਚਾਹੁੰਦੇ ਹੋ। ਤੁਸੀਂ ਵੀ ਸਰਚ ਬਾਕਸ ਵਿੱਚ ਜਾ ਕੇ ਨਾਂ, ਈਮੇਲ ਪਤਾ ਜਾਂ ਫੋਨ ਨੰਬਰ ਟਾਈਪ ਕਰਕੇ ਲੋਕਾਂ ਦੀ ਅਤੇ ਸਰਕਲਸ ਦੀ ਸਰਚ ਕਰ ਸਕਦੇ ਹੋ। ਹੁਣ ਗੂਗਲ ਪਲੱਸ ਹੈਂਗ ਆਊਟ ਵਿੱਚ ਗੱਲਾਂ ਕਰਨੀਆਂ ਸ਼ੁਰੂ ਕਰੋ। ਗੱਲਾਂ ਸ਼ੁਰੂ ਕਰਨ ਲਈ ਉਸ ਮਨੁੱਖ ਉੱਤੇ ਕਲਿੱਕ ਕਰੋ ਜਿਸ ਨਾਲ ਤੁਸੀਂ ਗੱਲਾਂ ਕਰਨਾ ਚਾਹੁੰਦੇ ਹੋ। ਤੁਹਾਨੂੰ ਹੇਠਾਂ ਇੱਕ ਨਿੱਕੀ ਜਿਹੀ ਵਿੰਡੋ ਦਿਸੇਗੀ। ਸੈਂਡ ਅ ਮੈਸੇਜ ਬਾਕਸ ਦੇ ਅੰਦਰ ਟਾਈਪ ਕਰੋ ਅਤੇ ਫਿਰ ਐਂਟਰ ਦੱਬੋ। ਗੱਲਬਾਤ ਦੇ ਵਿੱਚ ਜੇ ਤੁਸੀਂ ਇਮੋਜੀ ਜੋੜਨਾ ਚਾਹੁੰਦੇ ਹੋ ਤਾਂ ਚੈਟ ਖੇਤਰ ਵਿੱਚ ਖੱਬੇ ਪਾਸੇ ਮੁਸਕਾਉਂਦੇ ਚਿਹਰੇ ਉੱਤੇ ਕਲਿੱਕ ਕਰੋ। ਇਮੋਟੀਕੋਨਸ ਅਤੇ ਇਮੋਜੀ ਦੀ ਸੂਚੀ ਤੁਹਾਡੇ ਇਸਤੇਮਾਲ ਕਰਨ ਵਾਸਤੇ ਖੁੱਲ੍ਹੇਗੀ। ਇਹਨਾਂ ਨੂੰ ਕਈ ਵਰਗਾਂ ਵਿੱਚ ਵੱਖਰਾ ਕੀਤਾ ਗਿਆ ਹੈ
ਜਿਨ੍ਹਾਂ ਵਿੱਚੋਂ ਤੁਸੀਂ ਆਈਕੋਨ ਚੁਣ ਕੇ ਤੈਰਾ ਕੇ ਇਮੋਟੀਕੋਨ ਸਕਰੀਨ ਦੇ ਠੀਕ ਉੱਤੇ ਲਿਆ ਸਕਦੇ। ਤੁਸੀਂ ਚੈਟ ਖੇਤਰ ਵਿੱਚ ਸੱਜੇ ਪਾਸੇ ਕੈਮਰਾ ਆਈਕੋਨ ਉੱਤੇ ਕਲਿੱਕ ਕਰਕੇ ਹੈਂਗਆਊਟ ਨਾਲ ਤਸਵੀਰਾਂ ਜੋੜ ਸਕਦੇ ਹੋ। ਇਹ ਸਿਲੈਕਟ ਅ ਫੋਟੋ ਫਰੋਮ ਯੂਅਰ ਕੰਪਿਊਟਰ ਦੇ ਤੌਰ ਤੇ ਜਾਂ ਮੋਬਾਈਲ ਤਰੀਕਿਆਂ ਦੇ ਵਿਕਲਪ ਮੈਨਿਊ ਵਿੱਚ ਖੁੱਲੇਗਾ। ਤੁਸੀਂ ਆਪਣੇ ਵੈਬ ਕੈਮ ਜਾਂ ਫੋਨ ਦਾ ਕੈਮਰਾ ਤਸਵੀਰਾਂ ਲੈਣ ਅਤੇ ਉਹਨਾਂ ਨੂੰ ਸਾਂਝੀਆਂ ਕਰਨ ਲਈ ਇਸਤੇਮਾਲ ਕਰ ਸਕਦੇ ਹੋ ਜਾਂ ਦੂਜੇ ਸੋਮਿਆਂ ਤੋਂ ਤਸਵੀਰਾਂ ਜੋੜ ਸਕਦੇ ਹੋ ਜਿਵੇਂ ਕੰਪਿਊਟਰ ਜਾਂ ਫੋਨ ਦੀ ਮੈਮੋਰੀ ਵਿੱਚ ਕਰਦੇ ਹਾਂ। ਆਪਣੀ ਗੱਲਬਾਤ ਨੂੰ ਵੀਡੀਓ ਗੱਲਬਾਤ ਵਿੱਚ ਬਦਲਣ ਲਈ ਚੈਟ ਬਾਕਸ ਦੇ ਉੱਤੇ ਬਣੇ ਵੀਡੀਓ ਕੈਮਰਾ ਬਟਨ ਉੱਤੇ ਕਲਿੱਕ ਕਰੋ। ਅਗਲੇ ਮਨੁੱਖ ਨੂੰ ਸੂਚਨਾ ਮਿਲੇਗੀ ਕਿ ਤੁਸੀਂ ਉਸ ਨਾਲ ਵੀਡੀਓ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਕੰਪਿਊਟਰ ਅਤੇ ਮੋਬਾਈਲ ਦੋਹਾਂ ਤਰੀਕਿਆਂ ਵਿੱਚ ਵੀਡੀਓ ਗੱਲਬਾਤ ਕਰ ਸਕਦੇ ਹੋ। ਜੇ ਤੁਸੀਂ ਆਪਣੀ ਗੱਲਬਾਤ ਦੀਆਂ ਸੈਟਿੰਗਾਂ ਨੂੰ ਐਡਜਸਟ ਕਰਨਾ ਚਾਹੁੰਦੇ ਹੋ ਤਾਂ ਚੈਟ ਵਿੰਡੋ ਵਿੱਚ ਜਾ ਕੇ ਗੀਅਰ ਆਈਕੋਨ ਉੱਤੇ ਕਲਿੱਕ ਕਰੋ ਅਤੇ ਆਪਣੀਆਂ ਪਸੰਦ ਦੀਆਂ ਸੈਟਿੰਗਸ ਚੁਣੋ। ਜਿਸ ਨਾਲ ਤੁਸੀਂ ਗੱਲਾਂ ਕਰ ਰਹੇ ਹੋ ਉਸ ਨੂੰ ਤੁਸੀਂ ਰੋਕ ਵੀ ਸਕਦੇ ਹੋ। ਜੇ ਮੋਬਾਈਲ ਤਰੀਕਾ ਇਸਤੇਮਾਲ ਕਰ ਰਹੇ ਹੋ ਤਾਂ ਮੈਨਿਊ ਬਟਨ ਦੱਬੋ ਤਾਂ ਮੈਨਿਊ ਵਿੱਚ ਜਿਹੜੇ ਵਿਕਲਪ ਦਿਸਦੇ ਹਨ ਉਹਨਾਂ ਵਿੱਚੋਂ ਚੁਣੋ। ਤੁਸੀਂ ਹੈਂਗਆਊਟ ਨੂੰ ਗਰੁੱਪ ਵਿੱਚ ਕਰਨ ਲਈ ਗਰੁੱਪ ਹੈਂਗਆਊਟ ਬਟਨ ਉੱਤੇ ਕਲਿੱਕ ਕਰੋ ਜਿਹੜਾ ਚੇਂਜ ਵਿੰਡੋ ਦੇ ਖੱਬੇ ਪਾਸੇ ਨੁੱਕਰ ਵਿੱਚ ਹੈ। ਗਰੁੱਪ ਬਣਾਉਣ ਲਈ ਚੈੱਕ ਬਾਕਸ ਉੱਤੇ ਕਲਿੱਕ ਕਰੋ ਜਿਨ੍ਹਾਂ ਨੂੰ ਤੁਸੀਂ ਹੈਂਗਆਊਟ ਵਿੱਚ ਲੈਣਾ ਚਾਹੁੰਦੇ ਹੋ। ਤੁਸੀਂ ਯੂਟਿਊਬ ਉੱਤੇ ਵੀ ਗੱਲਬਾਤ ਨੂੰ ਸੁਰੱਖਿਅਤ ਕਰ ਸਕਦੇ ਹੋ ਕਿ ਕਦੇ ਵੀ ਭਵਿੱਖ ਵਿੱਚ ਵੇਖ ਸਕੋ। ਦਿਲਚਸਪ ਨਹੀਂ ਸੀ ਉਹ? ਹੁਣ ਇਸ ਨਾਲ ਸੰਬੰਧਿਤ ਗਤੀਵਿਧੀ ਵਿੱਚ ਹਿੱਸਾ ਲੈਂਦੇ ਹਾਂ। ਰੋਹਨ, ਅੱਜਕੱਲ ਸੰਸਾਰ ਵਿੱਚ ਕਈ ਲੋਕੀ ਇੱਕ ਦੂਜੇ ਨਾਲ ਸੰਪਰਕ ਕਰਨ ਲਈ ਫੇਸਬੁੱਕ ਅਤੇ ਹੋਰ ਸਮਾਜਿਕ ਮੀਡੀਆ ਸੇਵਾਵਾਂ ਦਾ ਇਸਤੇਮਾਲ ਵੀ ਕਰਦੇ ਹਨ। ਦੀਦੀ, ਫੇਸਬੁੱਕ ਅਤੇ ਸਮਾਜਿਕ ਮੀਡੀਆ ਸੇਵਾਵਾਂ ਕੀ ਹਨ? ਮੈਂ ਸਮਝ ਨਹੀਂ ਪਾ ਰਿਹਾ। ਓ, ਪਰੇਸ਼ਾਨ ਨਾ ਹੋਵੋ, ਮੈਂ ਤੁਹਾਨੂੰ ਇਹਨਾਂ ਬਾਰੇ ਦੱਸਾਂਗੀ। ਲੋਕਾਂ ਦੇ ਵਿਚਕਾਰ ਇੱਕ ਦੂਜੇ ਨਾਲ ਕਿਰਿਆ ਕਰਨ ਦਾ ਨਾਂ ਹੈ ਸਮਾਜਿਕ ਮੀਡੀਆ, ਜਿਸ ਵਿੱਚ ਉਹ ਸੂਚਨਾ ਬਣਾਉਂਦੇ ਹਨ, ਸਾਂਝੀ ਕਰਦੇ ਹਨ ਅਤੇ ਲੈਣ ਦੇਣ ਕਰਦੇ ਹਨ। ਇਹ ਇੰਟਰਨੈਟ ਨੈਟਵਰਕਸ ਰਾਹੀਂ ਹੁੰਦਾ ਹੈ। ਸਮਾਜਿਕ ਮੀਡੀਆ ਆਨਲਾਈਨ ਸੰਚਾਰ ਦੇ ਚੈਨਲਾਂ ਦਾ ਇਕੱਠ ਹੈ ਜਿਹੜਾ ਸਮੁਦਾਇ ਉੱਤੇ ਆਧਾਰਿਤ ਨਿਵੇਸ਼, ਆਪਸੀ ਕਿਰਿਆਵਾਂ, ਚੀਜ਼ ਵੰਡਣ ਅਤੇ ਇਕੱਠੇ ਕਰਨ ਨੂੰ ਸਮਰਪਿਤ ਹੈ। ਸਮਾਜਿਕ ਮੀਡੀਆ ਦੀਆਂ ਅਰਜ਼ੀਆਂ ਦੀਆਂ ਮਿਸਾਲਾਂ ਹਨ ਫੇਸਬੁੱਕ, ਬਲੌਗਸ, ਟਵਿੱਟਰ ਅਤੇ ਲਿੰਕਡ ਇਨ। ਇੱਥੇ ਵੱਖ ਵੱਖ ਤਰ੍ਹਾਂ ਦੇ ਸਮਾਜਿਕ ਮੀਡੀਆ ਹਨ, ਇਹਨਾਂ ਬਾਰੇ ਹੋਰ ਪੜ੍ਹਦੇ ਹਾਂ। ਸਮਾਜਿਕ ਮੀਡੀਆ ਔਜ਼ਾਰਾਂ ਦੀਆਂ ਕਿਸਮਾਂ ਹਨ ਆਨਲਾਈਨ ਚੈਟਿੰਗ, ਬਲੌਗ, ਸੋਸ਼ਲ ਨੈਟਵਰਕਿੰਗ। ਆਨਲਾਈਨ ਚੈਟ ਇੰਟਰਨੈਟ ਉੱਤੇ ਕਿਸੇ ਤਰ੍ਹਾਂ ਦੇ ਵੀ ਸੰਚਾਰ ਦਾ ਹਵਾਲਾ ਦਿੰਦੀ ਹੈ। ਆਨਲਾਈਨ ਚੈਟ ਬਿੰਦੂ ਤੋਂ ਬਿੰਦੂ ਤੱਕ ਸੰਚਾਰ ਜਾਂ ਬਹੁਤ ਸਾਰੀਆਂ ਇਕੱਠੀਆਂ ਸੂਚਨਾਵਾਂ ਨੂੰ ਨਿਰਦੇਸ਼ਿਤ ਕਰ ਸਕਦੀ ਹੈ। ਇਹ ਇੱਕ ਭੇਜਣ ਵਾਲੇ ਤੋਂ ਕਈ ਪ੍ਰਾਪਤ ਕਰਨ ਵਾਲਿਆਂ ਨੂੰ ਵੌਇਸ ਅਤੇ ਵੀਡੀਓ ਚੈਟ ਕੁਝ ਵੀ ਹੋ ਸਕਦਾ ਹੈ। ਮਿਸਾਲਾਂ ਹਨ ਯਾਹੂ, ਮੈਸੰਜਰ ਅਤੇ ਜੀ ਟੌਕ। ਬਲੌਗ ਇੱਕ ਆਨਲਾਈਨ ਰੋਜ਼ਨਾਮਚਾ ਹੈ ਜਿਹੜਾ ਨਿੱਜੀ, ਗਰੁੱਪ ਜਾਂ ਸੰਸਥਾ ਦੁਆਰਾ ਰੱਖਿਆ ਜਾਂਦਾ ਹੈ। ਬਲੌਗ ਦਾ ਇਸਤੇਮਾਲ ਇੰਟਰਨੈਟ ਉੱਤੇ ਤੁਹਾਡੇ ਵਿਸ਼ੇ ਬਾਰੇ ਜਾਣਕਾਰੀ ਸਾਂਝਾ ਕਰ ਸਕਦਾ ਹੈ, ਤੁਰੰਤਾ ਖਬਰਾਂ ਅਤੇ ਤਰੱਕੀ ਦੀਆਂ ਕਹਾਣੀਆਂ ਸਾਂਝਾ ਕਰ ਸਕਦਾ ਹੈ ਅਤੇ ਦਿਲਚਸਪ ਬਹਿਸ ਉੱਤੇ ਮੁਕਾਬਲੇ ਬਾਰੇ ਲਿਖਤਾਂ ਸਾਂਝਾ ਕਰ ਸਕਦਾ ਹੈ। ਬਲੌਗਸ ਦੀਆਂ ਮਿਸਾਲਾਂ ਹਨ ਬਲੌਗਰ ਅਤੇ ਵਰਡਪ੍ਰੈਸ। ਸੋਸ਼ਲ ਨੈਟਵਰਕਿੰਗ ਇੱਕ ਪਲੇਟਫਾਰਮ ਹੈ ਜਿਸ ਉੱਤੇ ਸਮਾਜਕ ਰਿਸ਼ਤੇ ਅਤੇ ਸਮਾਜਕ ਨੈਟਵਰਕ ਬਣਦੇ ਹਨ ਉਹਨਾਂ ਲੋਕਾਂ ਦੇ ਵਿਚਕਾਰ ਜਿਹੜੇ ਹਿੱਤ, ਗਤੀਵਿਧੀਆਂ, ਪਿਛੋਕੜ ਜਾਂ ਅਸਲ ਜ਼ਿੰਦਗੀ ਨਾਲ ਸੰਬੰਧਿਤ ਗੱਲਾਂ ਸਾਂਝੀਆਂ ਕਰਦੇ ਹਨ। ਫੇਸਬੁੱਕ, ਟਵਿੱਟਰ ਅਤੇ ਲਿੰਕਡ। ਫੇਸਬੁੱਕ ਇਸ ਵੇਲੇ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਣ ਵਾਲੀ ਸਮਾਜਕ ਮੀਡੀਆ ਸੇਵਾ ਹੈ। ਮੈਂ ਤੁਹਾਨੂੰ ਵਿਖਾਉਂਦੀ ਹਾਂ ਕਿ ਕਿਵੇਂ ਇਹ ਸੇਵਾ ਇਸਤੇਮਾਲ ਕਰ ਸਕਦੇ ਹੋ। ਪੱਕਾ ਦੀਦੀ, ਮੇਰੀ ਫੇਸਬੁੱਕ ਵਿੱਚ ਬਹੁਤ ਦਿਲਚਸਪੀ ਹੈ। ਇਹ ਫੇਸਬੁੱਕ ਨੂੰ ਇਸਤੇਮਾਲ ਕਰਨ ਲਈ ਕਦਮ ਹਨ। ਪਹਿਲਾਂ
एक वेब ब्राउजर खोलो, फिर एड्रेस बार विच टाइप करो www.facebook.com अते फिर गो बटन उते क्लिक करो जां एंटर दबो। साइन अप दे विच खानिया विच रजिस्ट्रेशन दे ब्योरे परो अते फिर साइन अप बटन उते क्लिक करो। रजिस्ट्रेशन पूरी करन लई ए तीन कदमां दी प्रक्रिया लवेगी। हुण संपर्क जोड़न लई फाइंड फ्रेंड्स बटन उते क्लिक करो। तुसी ए स्टेज उते प्रक्रिया तो बाहर भी जा सकते हो। फिर प्रोफाइल सूचना पन्ना तो बाहर आओ। अपने कंप्यूटर विच तस्वीर नू अपलोड करके तुसी प्रोफाइल तस्वीर सेट कर सकते हो। उस तो बाद सेव अते कंटिन्यू बटन उते क्लिक करके तुहाडा फेसबुक खाता बन जाएगा। इस नाल तुसी जेड़े लोकां नू जानते हो उन्हां दे नां जां ईमेल टाइप करके फेसबुक नाल जोड़ सकते हो। तुसी फेसबुक अते आराम नाल अपना स्टेटस भी अपलोड कर सकते हो। एदे लई स्टेटस बटन उते क्लिक करो अते फिर अपना स्टेटस टाइप करो अते फिर पोस्ट बटन उते क्लिक करो। टाइमलाइन टैब विच तुसी अपने काम करन दी थां शहर, स्कूल अते अपने रिश्ते दे स्टेटस दा जिक्र कर सकते हो। टाइमलाइन बार विच सर्च बॉक्स भी हुंदा है जिथे तुसी अपने मित्रां दा नां टाइप करके उन्हां नूं लभ सकदे हो अते फिर उन्हां दा प्रोफाइल भी वेख सकते हो। मित्र नूं गुजारिश भेजण लई ऐड फ्रेंड बटन उते क्लिक करो। एक वारी तुसी फेसबुक वेख लिया, हुण तुसी फेसबुक बार उते सेटिंग आईकॉन नूं क्लिक करके साइन आउट कर सकते हो अते फिर लॉग आउट विकल्प उते क्लिक करो। हुण तुहाडे कोल फेसबुक खाता है। जदों तुसी अगली वारी उत्थे जाना चाहो अपनी ईमेल जां फोन नंबर दा इस्तेमाल करते हुए साइन इन करो अते फिर अपना पासवर्ड टाइप करो। तुहाडे कोल फेसबुक खाता है तां तुसी पोस्ट स्टेटस सुनेहे भेज सकते हो जिहड़े कि तुहाडे मित्र वेख सकते हन। स्टेटस सुनेहा पोस्ट करन लई अपडेट स्टेटस दे हेठां बने खाली डब्बे उते क्लिक करो अते अपना स्टेटस सुनेहा टाइप करो। फिर हेठां पोस्ट उते क्लिक कर दियो। पोस्ट जां तस्वीर उते टिप्पणी करन वास्ते जां कोई होर विशा, मैसेज दे हेठां कमेंट लिंक उते क्लिक करो। एक टेक्स्ट डब्बा दिसेगा, डब्बे उते अपनी टिप्पणी टाइप करो अते एंटर दबो। फेसबुक बार तुहाडे मित्रां दीआं गुजारिशां, सुनेहे अते मौजूदा गतिविधियां बारे दसदा है। दित्तियां गईआं आकृतियां इन्हां खूबियां नूं ही उभारदियां हन। फेसबुक ने राय बदल दित्ते हन। कई व्यापारी अपने ग्राहकां नूं आपस विच संपर्क कराउण लई अते कंपनी नूं अगे वधाउण वास्ते फेसबुक इस्तेमाल करदे हन। वड्डे ब्रांड अते छोटे दुकानदार फेसबुक दा इस्तेमाल एक ताकत दे रूप विच अपने समुदाय दे ग्राहकां तक पहुंचण लई कर रहे हन। फेसबुक इस्तेमाल करन दे तरीकियां विच एक व्यापार लई पन्ना बन रहा है कि व्यापार ज्यादा हो सके। हाले ताईं ए साधन फ्री है, तुसी साइट दा सौखे ही पूरी ताकत नाल इस्तेमाल कर सकते हो। व्यापार दा प्रोफाइल बनाउण वास्ते होम पेज दे हेठां स्थित क्रिएट अ पेज उते क्लिक करो। लोकल बिजनेस जां प्लेस उते क्लिक करो। ड्रॉप डाउन डब्बे विच विकल्पां दी सूची विचों वर्ग चुनो अते अपने पते, शहर अते संपर्क नंबर दे तौर ते ब्योरे भरो। फिर गेट स्टार्टेड बटन उते क्लिक करो। अगली विंडो विच तुहानू अपने व्यापार दे सारे ब्योरे भरन दी लोड़ है। जिस व्यापार नूं तुसी वधा रहे हो उस दे बारे तुसी मूल जानकारी देनी है। अपने पन्ने विच प्रोफाइल तस्वीर जोड़न वास्ते अपने कंप्यूटर उत्ते मौजूद फाइल नूं अपलोड करो जां फिर वेबसाइट तो आयात करो। तुसी अपनी पसंदीदा सूची नाल पन्ना जोड़ सकदे हो। व्यापार पन्ने उत्ते भुगतान दा तरीका जोड़ के तुसी ज्यादा लोकां ताईं पहुंच सकते हो। जे तुसी भुगतान दा कोई तरीका नहीं जोड़ना चाहुंदे तां इस नूं छड्ड दिओ। तुहाडा व्यापार पन्ना बन गया है अते ए इस तरह दिसेगा। जे तुसी पन्ने नाल भुगतान दा तरीका जोड़ना चाहुंदे हो ए विंडो दिसदी है। अपने देश दे तौर ते भारत नूं चुनो।
एक बार कंटिन्यू बटन उते क्लिक कर। एक विंडो दिसदी है जिहड़ी तुहानूं तुहाडे कार्ड दे ब्यौरे वास्ते कहेगी। अपने कार्ड दे ब्यौरे भरो अते सबमिट उते क्लिक कर दिओ। भविख विच खरीदारियां वास्ते फेसबुक तुहाडे भुगतान दी जानकारी नूं सुरक्षित रखेगी। तुसीं हमेशा अपनी अकाउंट सैटिंग विच कोई भी सूचना सैट जां प्रबंध कर सकते हो। तुसीं अपने मित्रां तों सलाहां वास्ते भेज के अपने पन्ने नूं ज्यादा लोकां दी पसंद दा बना सकते हो। तुहाडे पन्ने नूं पसंद करन वास्ते एक क्रम विच बुलाउण वास्ते बिल्ड ऑडियंस टैब उत्ते क्लिक करो। इनवाइट फ्रेंड्स उत्ते क्लिक करो। तुहाडे सारे मित्रां दे नावां दी सूची दिसेगी। तुसीं चोण करके उन्हां नूं फेसबुक पन्ने ते पधारण वास्ते सद सकते हो। पन्ने उत्ते दिते कई आईकॉन्स उत्ते क्लिक करके तुसीं आपे अपने पन्ने उत्ते जानकारी, प्रोफाइल तस्वीर आदि बदल सकते हो। स्टेटस सुनेहा पोस्ट करन लई स्टेटस दे हेठां डब्बे विच क्लिक करन लई तीर इत्थे लियाओ। अपना सुनेहा टाइप करो अते शेयर उत्ते क्लिक करो। एक पोस्ट जां तस्वीर जां किसे विषय उत्ते क्लिक करो। कमेंट बॉक्स विच क्लिक करन लई तीर नूं लियाओ। अपनी टिप्पणी टाइप करो अते अपने कीबोर्ड तों एंटर दबो। फेसबुक तों बाहर आउणा। होम पेज ते सब तों उत्ते सज्जे पासे ड्रॉप डाउन तीर दा बटन दिसदा है, इस उत्ते क्लिक करो। अपने फेसबुक खाते तों बाहर निकलण लई लॉग आउट उत्ते क्लिक करो। हुण फेसबुक आपे इस्तेमाल करन दी कोशिश करो। हाँ, हुण मैं बहुत कुछ जान गया हाँ। कदम एक, फेसबुक दे होम पेज विच अपना ईमेल आईडी, फोन अते पासवर्ड दाखल करो अते फिर लॉगिन उते क्लिक कर दियो। कदम दो, तस्वीर नूं स्टेटस अपडेट दे तौर ते जोड़न लई एड फोटोस वीडियो उते क्लिक करो। कदम तीन, एक नवी विंडो दिसेगी, फोटो चुनो अते ओपन उते क्लिक करो। कदम चार, टेक्स्टबुक विच अपना स्टेटस अपडेट लिखो। कदम पांच, अपने स्टेटस अपडेट नूं हुण एक होर ताकतवर समाजक नेटवर्क सेवा बारे सिखदे हां, जिस नूं ट्विटर कहंदे ने। ट्विटर दे जरिए तुसीं पूरे संसार विच इस्तेमाल करन वाले करोड़ां लोकां तक पहुंच के अपने विचार सांझे कर सकते हो। इस दी कोई फीस नहीं। इह जानकारियां सांझियां करन वास्ते कई लोकां द्वारा आपस विच चुस्ती नाल इस्तेमाल कीता जांदा है। इह ट्विटर दे इस्तेमाल करन लई कदम हन। पहलां ट्विटर विच खाता खोलो। www.twitter.com उत्ते जाओ अते चाहीदी जानकारी भर के साइन अप करो। एक वारी तुसी सफलता नाल अपना खाता बना लिया जां लॉगिन कर लिया, हुण तुसी ट्विटर दा इस्तेमाल शुरू कर सकते हो। जे तुसी अपने अनुसरण करन वालिया नाल कुछ जानकारी सांझी करना चाहुंदे हो, कंपोज न्यू ट्वीट टेक्स्ट बॉक्स विच जाके अपना सुनेहा टाइप करो अते फिर हेठां बने बटन ट्वीट उत्ते क्लिक कर दियो। ट्वीट्स दी 140 बंदियां तक सीमा है, इस लई अपने ट्वीट्स थोड़े रखो। हुण उन्हां अनुसरण करन वालियां दी चोण शुरू करो जिन्हां तों तुसीं ट्वीट्स प्राप्त करना चाहुंदे हो। होम पेज विच दिसदी मेन्यू टैब दा इस्तेमाल करो अते फिर फॉलो बटन उत्ते क्लिक करो, जिहड़ा हू टू फॉलो वर्ग विच दिसदा है। किसे नूं सूची विच जोड़न लई उन्हां दी प्रोफाइल उत्ते जाओ अते टूल बार विच पर्सन आईकॉन उत्ते क्लिक कर दियो। होर एड और रिमूव फ्रॉम लिस्ट चुनो। तुहाडा सूचियां नाल एक मेन्यू आ जाएगा। तुसीं नवीं सूची बनाउण लई भी चुन सकते हो जां मनुख नूं मौजूदा सूची विच जोड़ भी सकते हो। अपनी प्रोफाइल तस्वीर नूं अपलोड करन लई तुहाडे यूजर नेम दे हेठां ड्रॉप डाउन मेन्यू विच सैटिंग्स उत्ते क्लिक करो। फिर प्रोफाइल विकल्प उत्ते क्लिक करो अते फिर कंप्यूटर विच जिथे तुसीं तस्वीर सुरक्षित रखी है उस फाइल दी चोण लई चूज फाइल उत्ते क्लिक करो।
ਇਹ ਤਸਵੀਰ ਸਾਈਟ ਦੇ ਆਰ ਪਾਰ ਤੁਹਾਡੇ ਨਾਂ ਦੇ ਨਾਲ ਦੱਸੇਗੀ। ਇਹ ਜ਼ਰੂਰੀ JPG, GIF ਜਾਂ PNG ਫਾਈਲ ਹੋਏਗੀ ਅਤੇ 700 KB ਤੋਂ ਛੋਟੀ ਹੋਏਗੀ। ਤੁਸੀਂ ਪ੍ਰੋਫਾਈਲ ਦੇ ਬਚੇ ਹੋਏ ਬਿਓਰੇ ਦਿਸਦੇ ਪੰਨੇ ਉੱਤੇ ਭਰ ਸਕਦੇ ਹੋ, ਜਿਵੇਂ ਤੁਹਾਡਾ ਨਾਂ, ਥਾਂ ਅਤੇ ਵੈਬਸਾਈਟ। ਜੇ ਤੁਸੀਂ ਟਵੀਟਸ ਨੂੰ ਫੇਸਬੁੱਕ ਨੂੰ ਭੇਜਣਾ ਚਾਹੁੰਦੇ ਹੋ ਤਾਂ ਪ੍ਰੋਫਾਈਲ ਪੰਨੇ ਦੇ ਹੇਠਾਂ ਬਣੇ ਪੋਸਟ ਯੋਰ ਟਵੀਟਸ ਟੂ ਫੇਸਬੁੱਕ ਬਟਨ ਉੱਤੇ ਕਲਿੱਕ ਕਰ ਦਿਓ। ਟਵੀਟ ਮੀਡੀਆ ਅਤੇ ਨਿੱਜੀ ਸੈਟਿੰਗਸ ਵਾਸਤੇ ਪੜਚੋਲ ਕਰੋ। ਇਹ ਤੁਹਾਡੀਆਂ ਸੈਟਿੰਗਸ ਦੇ ਤਹਿਤ ਅਕਾਊਂਟ ਟੈਬ ਵਿੱਚ ਸੂਚੀਬੱਧ ਹਨ। ਕੁਝ ਸਮੇਂ ਮਗਰੋਂ ਪਾਸਵਰਡ ਬਦਲ ਦਿਓ। ਕੁਝ ਕੁ ਸਮੇਂ ਬਾਅਦ ਪਾਸਵਰਡ ਬਦਲਦੇ ਰਹਿਣ ਨਾਲ ਤੁਹਾਡਾ ਪਤਾ ਸੁਰੱਖਿਅਤ ਰਹਿੰਦਾ ਹੈ। ਇਸ ਤਰ੍ਹਾਂ ਕਰਨ ਵਾਸਤੇ ਸੈਟਿੰਗਸ ਦੇ ਤਹਿਤ ਪਾਸਵਰਡ ਉੱਤੇ ਕਲਿੱਕ ਕਰੋ। ਆਪਣਾ ਪੁਰਾਣਾ ਪਾਸਵਰਡ ਦਾਖਲ ਕਰੋ ਅਤੇ ਫਿਰ ਨਵਾਂ ਦੋ ਵਾਰੀ। ਜਦੋਂ ਪੂਰਾ ਹੋ ਜਾਏ ਤਾਂ ਚੇਂਜ ਉੱਤੇ ਕਲਿੱਕ ਕਰੋ। ਇਹ ਨਿਯਤ ਕਰੋ ਕਿ ਤੁਸੀਂ ਕਦੋਂ ਟਵਿੱਟਰ ਤੋਂ ਈਮੇਲਸ ਪ੍ਰਾਪਤ ਕਰਨਾ ਚਾਹੁੰਦੇ ਹੋ। ਨੋਟੀਫਿਕੇਸ਼ਨਸ ਟੈਬ ਦੇ ਹੇਠਾਂ ਇੱਥੇ ਕਿਰਿਆਵਾਂ ਦੀ ਸੂਚੀ ਹੈ। ਉਹ ਸਾਰੀਆਂ ਕਿਰਿਆਵਾਂ ਕਰਨ ਮਗਰੋਂ ਬਾਕਸਿਸ ਚੈੱਕ ਕਰੋ ਜਿਨ੍ਹਾਂ ਵਾਸਤੇ ਤੁਸੀਂ ਈਮੇਲ ਪ੍ਰਾਪਤ ਕਰਨਾ ਚਾਹੁੰਦੇ ਹੋ। ਹਰ ਪ੍ਰੋਫਾਈਲ ਵਿਗੜੀ ਹੋਈ ਪਿਛੋਕੜ ਅਤੇ ਰੰਗ ਯੋਜਨਾ ਨਾਲ ਖੁੱਲ੍ਹਦੀ ਹੈ। ਤੁਸੀਂ ਇਸ ਦਾ ਇਨ੍ਹਾਂ ਕਦਮਾਂ ਉੱਤੇ ਚੱਲ ਕੇ ਨਿੱਜੀਕਰਨ ਕਰ ਸਕਦੇ ਹੋ। ਸੈਟਿੰਗਸ ਦੀ ਡਿਜ਼ਾਈਨ ਟੈਬ ਉੱਤੇ ਕਲਿੱਕ ਕਰੋ। ਤੁਸੀਂ ਦਿੱਤੀਆਂ ਗਈਆਂ ਤਸਵੀਰਾਂ ਵਿੱਚੋਂ ਪਿਛੋਕੜ ਵਾਸਤੇ ਕੋਈ ਵੀ ਚੁਣ ਸਕਦੇ ਹੋ ਜਾਂ ਚੇਂਜ ਬੈਕਗ੍ਰਾਉਂਡ ਇਮੇਜ ਉੱਤੇ ਕਲਿੱਕ ਕਰਕੇ ਅਪਲੋਡ ਕਰ ਸਕਦੇ ਹੋ। ਹੁਣ ਕੰਪਿਊਟਰ ਤੋਂ ਚੁਣੀ ਗਈ ਇੱਕ ਫਾਈਲ ਉੱਤੇ ਕਲਿੱਕ ਕਰੋ। ਚੇਂਜ ਡਿਜ਼ਾਈਨ ਕਲਰਸ ਉੱਤੇ ਕਲਿੱਕ ਕਰਕੇ ਤੁਸੀਂ ਰੰਗ ਯੋਜਨਾ ਨਾਲ ਵੀ ਖੇਡ ਸਕਦੇ ਹੋ। ਹੁਣ ਵੇਖਦੇ ਹਾਂ ਕਿ ਤੁਸੀਂ ਆਪਣੇ ਆਪ ਟਵਿੱਟਰ ਦਾ ਇਸਤੇਮਾਲ ਕਰ ਲਓਗੇ। ਕਦਮ 1, ਟਵਿੱਟਰ ਹੋਮ ਪੇਜ ਵਿੱਚ ਆਪਣਾ ਈਮੇਲ ID, ਫੋਨ ਯੂਜ਼ਰਨੇਮ ਅਤੇ ਪਾਸਵਰਡ ਦਾਖਲ ਕਰੋ ਅਤੇ ਫਿਰ ਸਾਈਨ ਇਨ ਉੱਤੇ ਕਲਿੱਕ ਕਰ ਦਿਓ। ਕਦਮ 2, ਟਵੀਟ ਨਾਲ ਤਸਵੀਰ ਲਈ ਟੈਕਸਟ ਬਾਕਸ ਵਿੱਚ ਕੰਪੋਜ਼ ਨਿਊ ਟਵੀਟ ਵਿੱਚ ਆਪਣਾ ਸੁਨੇਹਾ ਟਾਈਪ ਕਰੋ। ਕਦਮ 3, ਐਡ ਫੋਟੋ ਉੱਤੇ ਕਲਿੱਕ ਕਰੋ। ਇੱਕ ਨਵੀਂ ਵਿੰਡੋ ਦਿਸੇਗੀ। ਫੋਟੋ ਚੁਣੋ ਅਤੇ ਓਪਨ ਉੱਤੇ ਕਲਿੱਕ ਕਰੋ। ਫੋਟੋ ਅਪਲੋਡ ਹੋ ਜਾਏਗੀ। ਕਦਮ 4, ਟਵੀਟ ਬਟਨ ਉੱਤੇ ਕਲਿੱਕ ਕਰੋ। ਹੁਣ ਰੋਹਨ, ਮੈਨੂੰ ਪੱਕਾ ਹੋ ਗਿਆ ਹੈ ਕਿ ਤੁਸੀਂ ਫੇਸਬੁੱਕ ਅਤੇ ਟਵਿੱਟਰ ਦੋਵੇਂ ਸੌਖੇ ਹੀ ਚਲਾ ਲਓਗੇ। ਪੱਕਾ ਦੀਦੀ, ਇਹ ਮੈਂ ਨਿਸ਼ਚਿਤ ਤੌਰ ਤੇ ਕਰ ਸਕਦਾ। ਰੋਹਨ, ਕੀ ਤੁਸੀਂ ਜਾਣਦੇ ਹੋ ਕਿ ਇੱਥੇ ਕੁਝ ਵੈਬਸਾਈਟਸ ਵੀ ਹਨ ਜਿਹੜੀਆਂ ਬਹੁਤ ਸਾਰੀਆਂ ਜਾਣਕਾਰੀਆਂ ਦਿੰਦੀਆਂ ਹਨ ਜਿਨ੍ਹਾਂ ਨੂੰ ਤੁਸੀਂ ਇਸਤੇਮਾਲ ਕਰ ਸਕਦੇ ਹੋ? ਨਹੀਂ ਦੀਦੀ, ਉਹ ਕਿਹੜੀਆਂ ਸਾਈਟਸ ਹਨ? ਚੰਗਾ, ਯੂਟਿਊਬ ਅਤੇ ਵਿਕੀਪੀਡੀਆ ਦੋ ਲੋਕ ਪਾਉਂਦੀਆਂ ਵੈਬਸਾਈਟਸ ਹਨ ਜਿਨ੍ਹਾਂ ਰਾਹੀਂ ਤੁਸੀਂ ਜਾਣਕਾਰੀ ਪ੍ਰਾਪਤ ਵੀ ਕਰ ਸਕਦੇ ਹੋ ਅਤੇ ਸਾਂਝੀ ਵੀ। ਯੂਟਿਊਬ ਗੂਗਲ ਵੱਲੋਂ ਪ੍ਰਦਾਨ ਕੀਤੀ ਗਈ ਫ੍ਰੀ ਵੈਬਸਾਈਟ ਹੈ। ਫਰਵਰੀ 2005 ਵਿੱਚ ਇਸ ਉੱਤੇ ਵੀਡੀਓ ਸਾਂਝਾ ਕਰਨ ਵਾਲਾ ਪਲੇਟਫਾਰਮ ਲੱਭਿਆ ਗਿਆ ਸੀ। ਯੂਟਿਊਬ ਖਰਬਾਂ ਲੋਕਾਂ ਨੂੰ ਖੋਜ, ਵੇਖਣ ਅਤੇ ਮੂਲ ਰੂਪ ਵਿੱਚ ਬਣਾਏ ਗਏ ਵੀਡੀਓ ਸਾਂਝੇ ਕਰਨ ਦੀ ਇਜਾਜ਼ਤ ਦਿੰਦੀ ਹੈ। ਯੂਟਿਊਬ ਲੋਕਾਂ ਨੂੰ ਜੋੜਨ, ਸੂਚਨਾ ਦੇਣ ਅਤੇ ਦੂਜਿਆਂ ਨੂੰ ਪ੍ਰੇਰਿਤ ਕਰਨ ਲਈ ਖੇਤਰ ਪ੍ਰਦਾਨ ਕਰਦੀ ਹੈ। ਉਸ ਪਾਰ ਦੇ ਅਸਲ ਛੋਟੇ ਵੱਡੇ ਨਿਰਮਾਤਾ ਅਤੇ ਮਸ਼ਹੂਰੀ ਕਰਨ ਵਾਲਿਆਂ ਨੂੰ ਪਲੇਟਫਾਰਮ ਵੰਡਦੀ ਹੈ। ਯੂਟਿਊਬ ਨੂੰ ਚਲਾਉਣ ਲਈ ਕਿਸੇ ਨੂੰ ਵੀ ਚਾਹੀਦਾ ਹੈ ਇੰਟਰਨੈਟ ਨਾਲ ਜੁੜੇ ਹੋਣਾ, ਐਡੋਬ ਫਲੈਸ਼ ਪਲੇਅਰ ਅਤੇ ਇੱਕ ਸਪੀਕਰ। ਪਹਿਲਾਂ ਸਟਾਰਟ ਬਟਨ ਉੱਤੇ ਕਲਿੱਕ ਕਰੋ ਅਤੇ ਇੰਟਰਨੈਟ ਐਕਸਪਲੋਰਰ ਖੋਲੋ। ਫਿਰ ਐਡਰੈਸ ਬਾਰ ਵਿੱਚ www.youtube.com ਟਾਈਪ ਕਰੋ ਅਤੇ ਗੋ ਬਟਨ ਉੱਤੇ ਕਲਿੱਕ ਕਰੋ ਜਾਂ ਐਂਟਰ ਦੱਬੋ। ਯੂਟਿਊਬ ਦਾ ਵੈਬ ਪੰਨਾ ਲੋਡ ਹੁੰਦਾ ਹੈ। ਤੁਸੀਂ ਪੰਨੇ ਦੇ ਸਭ ਤੋਂ ਉੱਤੇ ਸਰਚ ਬਾਰ ਵੇਖ ਸਕਦੇ ਹੋ। ਹੁਣ ਖੋਜਣ ਵਾਲੇ ਵਿਸ਼ਾ ਜਾਂ ਖੋਜ ਕੀਵਰਡਸ ਟਾਈਪ ਕਰੋ ਅਤੇ ਸਰਚ ਬਟਨ ਉੱਤੇ ਕਲਿੱਕ ਕਰ ਦਿਓ ਜਾਂ ਐਂਟਰ ਦੱਬੋ।
ਤੁਹਾਨੂੰ ਸਕਰੀਨ ਉੱਤੇ ਖੋਜੇ ਗਏ ਵਿਸ਼ੇ ਦੇ ਵੀਡੀਓ ਲਿੰਕਸ ਦੀ ਸੂਚੀ ਦਿਖਾਈ ਦੇਵੇ। ਹੁਣ ਸੰਬੰਧਿਤ ਵੀਡੀਓ ਵੇਖਣ ਲਈ ਲਿੰਕ ਉੱਤੇ ਕਲਿੱਕ ਕਰੋ। ਤੁਸੀਂ ਵੇਖਦੇ ਹੋ ਚੁਣੀ ਗਈ ਵੀਡੀਓ ਵੀਡੀਓ ਪਲੇਅਰ ਉੱਤੇ ਚੱਲ ਰਹੀ ਹੈ। ਤੁਸੀਂ ਵੇਖਦੇ ਹੋ ਕਿ ਵੀਡੀਓ ਪਲੇਅਰ ਦੇ ਹੇਠਾਂ ਵੱਖ ਵੱਖ ਤਰ੍ਹਾਂ ਦੇ ਕੰਟਰੋਲਰਸ ਹਨ, ਜਿਵੇਂ ਪਲੇ, ਪੌਜ਼, ਆਵਾਜ਼, ਮਿਊਟ, ਕੁੱਲ ਸਮਾਂ, ਕੁਆਲਿਟੀ ਬਦਲਣਾ ਅਤੇ ਪੂਰੀ ਸਕਰੀਨ। ਵੀਡੀਓ ਦੇ ਹੇਠਾਂ ਤੁਸੀਂ ਵੀਡੀਓ ਦੇ ਬਿਓਰੇ ਅਤੇ ਟਿੱਪਣੀਆਂ ਲੱਭ ਸਕਦੇ ਹੋ। ਤੁਹਾਨੂੰ ਯੂਟਿਊਬ ਉੱਤੇ ਲੋਕ ਪਾਉਂਦੇ ਅਤੇ ਆਮ ਵੀਡੀਓਜ਼ ਵੇਖਣ ਵਾਸਤੇ ਖਾਤੇ ਦੀ ਲੋੜ ਨਹੀਂ ਹੈ, ਪਰ ਨਿੱਜੀ ਵੀਡੀਓ ਵੇਖਣ ਵਾਸਤੇ ਤੁਹਾਨੂੰ ਲੌਗਇਨ ਖਾਤੇ ਦੀ ਲੋੜ ਹੈ। ਆਪਣੇ ਗੂਗਲ ਖਾਤੇ ਦਾ ਇਸਤੇਮਾਲ ਕਰਦੇ ਹੋਏ ਯੂਟਿਊਬ ਨੂੰ ਸਾਈਨ ਇਨ ਕਰਨਾ। ਯੂਟਿਊਬ ਵੈਬ ਪੇਜ ਤੇ ਸਭ ਤੋਂ ਉੱਤੇ ਸੱਜੇ ਪਾਸੇ ਨੁੱਕਰ ਤੇ ਸਾਈਨ ਇਨ ਬਟਨ ਉੱਤੇ ਕਲਿੱਕ ਕਰੋ। ਗੂਗਲ ਸਾਈਨ ਇਨ ਪੰਨਾ ਦਿਸਦਾ ਹੈ। ਹੁਣ ਆਪਣਾ ਈਮੇਲ ਅਤੇ ਪਾਸਵਰਡ ਟਾਈਪ ਕਰੋ ਅਤੇ ਸਾਈਨ ਇਨ ਬਟਨ ਉੱਤੇ ਕਲਿੱਕ ਕਰ ਦਿਓ। ਜੇ ਤੁਹਾਡੇ ਕੋਲ ਗੂਗਲ ਖਾਤਾ ਨਹੀਂ ਹੈ ਤਾਂ ਤੁਹਾਨੂੰ ਬਣਾਉਣ ਦੀ ਲੋੜ ਹੈ। ਯੂਟਿਊਬ ਪੰਨਾ ਦਿਸੇਗਾ। ਸਰਚ ਬਾਕਸ ਦੇ ਅੱਗੇ ਅਪਲੋਡ ਬਟਨ ਉੱਤੇ ਕਲਿੱਕ ਕਰੋ। ਪਹਿਲੀ ਵਾਰੀ ਇਸਤੇਮਾਲ ਕਰਨ ਵਾਲਿਆਂ ਵਾਸਤੇ ਇਹ ਤੁਹਾਨੂੰ ਆਪਣਾ ਚੈਨਲ ਸੈੱਟ ਕਰਨ ਅਤੇ ਕੁਝ ਨਿੱਜੀ ਬਿਓਰੇ ਜਿਵੇਂ ਲਿੰਗ ਅਤੇ ਜਨਮ ਤਰੀਕ ਦੇਣ ਲਈ ਕਹੇਗਾ। ਫਿਰ ਸਿਲੈਕਟ ਫਾਈਲਸ ਟੂ ਅਪਲੋਡ ਲਿੰਕ ਉੱਤੇ ਕਲਿੱਕ ਕਰੋ। ਸਿਲੈਕਟ ਫਾਈਲਸ ਟੂ ਅਪਲੋਡ ਲਿੰਕ ਲੱਭੋ। ਹੁਣ ਆਪਣੇ ਕੰਪਿਊਟਰ ਦੇ ਜ਼ਰੀਏ ਲੱਭੋ ਅਤੇ ਉਹ ਵੀਡੀਓ ਚੁਣੋ ਜਿਸ ਨੂੰ ਤੁਸੀਂ ਅਪਲੋਡ ਕਰਨਾ ਚਾਹੁੰਦੇ ਹੋ। ਓਪਨ ਬਟਨ ਉੱਤੇ ਕਲਿੱਕ ਕਰੋ। ਤੁਸੀਂ ਵੇਖਦੇ ਹੋ ਅਪਲੋਡ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਤਰੱਕੀ ਵੈਬ ਪੇਜ ਉੱਤੇ ਦਿਖਾਈ ਦਿੰਦੀ ਹੈ। ਜਦੋਂ ਅਪਲੋਡਿੰਗ ਪੂਰੀ ਹੋ ਜਾਂਦੀ ਹੈ ਇੱਕ ਸੁਨੇਹਾ ਅਪਲੋਡ ਕੰਪਲੀਟ ਦਿਸਦਾ ਹੈ ਅਤੇ ਵੀਡੀਓ ਨਾਲ ਲਿੰਕ ਵੀ ਦਿਸਦਾ ਹੈ। ਬਾਅਦ ਵਿੱਚ ਤੁਸੀਂ ਯੂਟਿਊਬ ਉੱਤੇ ਵੀਡੀਓ ਵੇਖ ਸਕਦੇ ਹੋ। ਪੰਨੇ ਉੱਤੇ ਦਿਸਦੀ ਵੀਡੀਓ ਦਾ ਤੁਸੀਂ ਸਿਰਲੇਖ ਅਤੇ ਵੇਰਵਾ ਜੋੜ ਸਕਦੇ ਹੋ ਅਤੇ ਨਿੱਜੀ ਸੈਟਿੰਗ ਵਿੱਚ ਪਾ ਸਕਦੇ ਹੋ। ਇੱਕ ਵਾਰੀ ਵੀਡੀਓ ਅਪਲੋਡ ਹੋ ਜਾਂਦੀ ਹੈ ਤੁਸੀਂ ਨਿੱਜੀ ਸੈਟਿੰਗ ਬਦਲ ਸਕਦੇ ਹੋ ਜਾਂ ਵੀਡੀਓ ਮੈਨੇਜਰ ਦਾ ਇਸਤੇਮਾਲ ਕਰਦੇ ਹੋਏ ਵੀਡੀਓ ਮੇਟ ਸਕਦੇ ਹੋ। ਪਹਿਲਾਂ ਵੀਡੀਓ ਮੈਨੇਜਰ ਉੱਤੇ ਕਲਿੱਕ ਕਰੋ। ਫਿਰ ਜਿਹੜੀ ਵੀਡੀਓ ਮੇਟਣੀ ਹੈ ਉਸ ਉੱਤੇ ਕਲਿੱਕ ਕਰੋ। ਫਿਰ ਐਕਸ਼ਨਸ ਮੈਨਿਊ ਉੱਤੇ ਕਲਿੱਕ ਕਰੋ ਅਤੇ ਡਿਲੀਟ ਚੁਣੋ। ਪੱਕਾ ਕਰਨ ਦਾ ਸੁਨੇਹਾ ਦਿਸਦਾ ਹੈ। ਯੈਸ ਡਿਲੀਟ ਉੱਤੇ ਕਲਿੱਕ ਕਰੋ ਅਤੇ ਤੁਹਾਡੀ ਵੀਡੀਓ ਮੇਟੀ ਜਾਏਗੀ। ਚਲੋ ਵੇਖਦੇ ਹਾਂ ਤੁਸੀਂ ਹੁਣ ਯੂਟਿਊਬ ਨੂੰ ਆਪੇ ਇਸਤੇਮਾਲ ਕਰ ਸਕਦੇ ਹੋ। ਜ਼ਰੂਰ। ਕਦਮ 1, ਯੂਟਿਊਬ ਹੋਮ ਪੇਜ ਵਿੱਚ ਸਾਈਨ ਇਨ ਉੱਤੇ ਕਲਿੱਕ ਕਰੋ। ਕਦਮ 2, ਗੂਗਲ ਖਾਤੇ ਦਾ ਪੰਨਾ ਦਿਸੇਗਾ। ਆਪਣਾ ਜੀਮੇਲ ਆਈਡੀ ਅਤੇ ਪਾਸਵਰਡ ਦਾਖਲ ਕਰੋ ਅਤੇ ਫਿਰ ਸਾਈਨ ਇਨ ਉੱਤੇ ਕਲਿੱਕ ਕਰੋ। ਕਦਮ 3, ਵੀਡੀਓ ਅਪਲੋਡ ਕਰਨ ਵਾਸਤੇ ਅਪਲੋਡ ਬਟਨ ਉੱਤੇ ਕਲਿੱਕ ਕਰੋ। ਕਦਮ 4, ਸਿਲੈਕਟ ਫਾਈਲਸ ਉੱਤੇ ਕਲਿੱਕ ਕਰੋ। ਕਦਮ 5, ਜਿਹੜੀ ਵੀਡੀਓ ਅਪਲੋਡ ਕਰਨਾ ਚਾਹੁੰਦੇ ਹੋ ਉਹ ਚੁਣੋ ਅਤੇ ਓਪਨ ਬਟਨ ਉੱਤੇ ਕਲਿੱਕ ਕਰੋ। ਅਪਲੋਡ ਹੋਣਾ ਸ਼ੁਰੂ ਹੋ ਜਾਏਗਾ। ਕਦਮ 6, ਖਾਤਾ ਬੰਦ ਕਰਨ ਲਈ ਸਾਈਨ ਆਊਟ ਉੱਤੇ ਕਲਿੱਕ ਕਰੋ। ਵਿਕੀਪੀਡੀਆ ਇੱਕ ਵੈਬ ਅਰਜ਼ੀ ਹੈ ਜਿਹੜੀ ਕਿਸੇ ਨੂੰ ਵੀ ਵੈਬਸਾਈਟ ਉੱਤੇ ਦਿਸ ਰਹੇ ਵਿਸ਼ੇ ਨੂੰ ਪੜ੍ਹਨ ਅਤੇ ਸੰਪਾਦਿਤ ਕਰਨ ਦੀ ਇਜਾਜ਼ਤ ਦਿੰਦੀ ਹੈ। ਵਿਕੀਪੀਡੀਆ ਇਸਤੇਮਾਲ ਕਰਕੇ ਜਾਣਕਾਰੀ ਤਾਈਂ ਪਹੁੰਚਣ ਲਈ ਇਹ ਕਰੋ। ਪਹਿਲਾਂ ਵਿਕੀਪੀਡੀਆ ਵੈਬਸਾਈਟ www.wikipedia.org ਉੱਤੇ ਜਾਓ। ਫਿਰ ਸਰਚ ਬਾਰ ਵਿੱਚ ਸੰਦਰਭ ਟਾਈਪ ਕਰੋ, ਭਾਸ਼ਾ ਚੁਣੋ ਅਤੇ ਫਿਰ ਤੀਰ ਵਾਲਾ ਬਟਨ ਦੱਬੋ। ਅਗਲਾ ਪੰਨਾ ਦਿਸੇਗਾ ਜਿਸ ਤੇ ਤੁਹਾਨੂੰ ਚਾਹੀਦੀ ਜਾਣਕਾਰੀ ਦਿਸੇਗੀ। ਪੰਨੇ ਦਾ ਸਭ ਤੋਂ ਉੱਤੇ ਦਾ ਹਿੱਸਾ ਵਿਸ਼ੇ ਰੱਖਦਾ ਹੈ ਜਿਸ ਦਾ ਪੰਨੇ ਦੇ ਹਰ ਵਰਗ ਨਾਲ ਅਤਿ ਲਿੰਕ ਹੁੰਦਾ ਹੈ। ਉਸ ਵਰਗ ਤਾਈਂ ਸਿੱਧਾ ਪਹੁੰਚਣ ਵਾਸਤੇ ਉਸ ਖਾਸ ਵਰਗ ਉੱਤੇ ਕਲਿੱਕ ਕਰ ਸਕਦੇ ਹੋ। ਆਮ ਤੌਰ ਤੇ ਸਾਰੇ ਪੰਨਿਆਂ ਕੋਲ ਸੀ ਆਲਸੋ ਹੁੰਦਾ ਹੈ। ਦੂਜੇ ਅਖੀਰ ਦੇ ਵਰਗ ਵਿੱਚ ਆਪਸ ਵਿੱਚ ਸੰਬੰਧਿਤ ਲਿੰਕ ਅਤੇ
ਰੈਫਰੈਂਸਿਸ ਦਿਸਦੇ ਹਨ ਅਤੇ ਆਖਰੀ ਵਰਗ ਜਿੱਥੇ ਵੱਖ-ਵੱਖ ਲਿੰਕ ਨਾਲ ਸੰਬੰਧਿਤ ਲੇਖ ਦਿੱਤੇ ਗਏ। ਵਿਕੀਪੀਡੀਆ ਵਿੱਚ ਲੇਖ ਨੂੰ ਸੰਪਾਦਿਤ ਕਰਨ ਦੇ ਇਹ ਕਦਮ ਹਨ। ਪਹਿਲਾਂ ਜੇ ਤੁਸੀਂ ਇਸਤੇਮਾਲ ਕਰਨ ਵਾਲੇ ਦੇ ਤੌਰ ਤੇ ਹੋਂਦ ਵਿੱਚ ਹੋ ਤਾਂ ਸਾਈਨ ਇਨ ਕਰੋ ਜਾਂ ਖਾਤਾ ਖੋਲੋ। ਸਫਲਾ ਤੌਰ ਤੇ ਸਾਈਨ ਇਨ ਕਰਨ ਮਗਰੋਂ ਐਡਿਟ ਲਿੰਕ ਉੱਤੇ ਕਲਿੱਕ ਕਰੋ। ਹੁਣ ਉਹ ਇੱਕ ਸੰਪਾਦਿਤ ਵਿੰਡੋ ਖੋਲੇਗੀ ਜਿਸ ਵਿੱਚ ਉਸ ਪੰਨੇ ਉੱਤੇ ਸੰਦਰਭ ਹੋਣਗੇ। ਕੁਝ ਵਿੱਚ ਟਾਈਪ ਕਰੋ ਜਾਂ ਜੋ ਸੰਦਰਭ ਤੁਸੀਂ ਵੇਖਦੇ ਹੋ ਉਹਨਾਂ ਨੂੰ ਬਦਲੋ। ਜੇ ਤੁਸੀਂ ਪੰਨੇ ਦੇ ਸਭ ਤੋਂ ਉੱਤੇ ਐਡਿਟ ਵਿਕਲਪ ਨਹੀਂ ਵੇਖਦੇ ਤਾਂ ਇਸ ਦਾ ਮਤਲਬ ਹੈ ਕਿ ਸ਼ਾਇਦ ਪੰਨੇ ਨੂੰ ਸੰਪਾਦਨਾ ਤੋਂ ਸੁਰੱਖਿਅਤ ਰੱਖਿਆ ਗਿਆ ਹੈ, ਕਿਉਂਕਿ ਇਸ ਵਿੱਚ ਦਰੋਹੀ ਬਦਲਾਅ ਦੇ ਵੱਡੇ ਵਾਕਿਆਂ ਹੋ ਸਕਦੇ ਹੋਣਗੇ। ਜੇ ਤੁਸੀਂ ਲੇਖ ਦੇ ਇੱਕ ਹਿੱਸੇ ਵਿੱਚ ਥੋੜਾ ਜਿਹਾ ਬਦਲਣਾ ਚਾਹੁੰਦੇ ਹੋ ਤਾਂ ਉਸ ਵਰਗ ਦੇ ਨਾਲ ਲੱਗਦੇ ਲਿੰਕ ਐਡਿਟ ਉੱਤੇ ਕਲਿੱਕ ਕਰੋ। ਇਹ ਤੁਹਾਨੂੰ ਪੂਰਾ ਲੇਖ ਖੋਲੇ ਬਗੈਰ ਲੇਖ ਦੇ ਉਸ ਹਿੱਸੇ ਵਿੱਚ ਬਦਲਾਅ ਦੀ ਇਜਾਜ਼ਤ ਦੇਵੇਗਾ। ਹੁਣ ਪੰਨੇ ਦੇ ਹੇਠਾਂ ਬਣੇ ਡੱਬੇ ਵਿੱਚ ਐਡਿਟ ਸਮਰੀ ਵਿੱਚ ਬਦਲਾਅ ਨੂੰ ਸੰਖੇਪ ਵਿੱਚ ਬਿਆਨ ਕਰੋ। ਸ਼ੋ ਪ੍ਰੀਵਿਊ ਬਟਨ ਉੱਤੇ ਕਲਿੱਕ ਕਰਕੇ ਆਪਣੇ ਬਦਲਾਅ ਦੀ ਪੜਚੋਲ ਕਰੋ। ਜਦੋਂ ਤੁਸੀਂ ਆਪਣੇ ਕੰਮ ਤੋਂ ਸੰਤੁਸ਼ਟ ਹੋ ਜਾਓ ਤਾਂ ਸੇਵ ਪੇਜ ਬਟਨ ਦੱਬੋ। ਵਿਕੀਪੀਡੀਆ ਵਿੱਚ ਪੰਨਾ ਬਣਾਉਣ ਤੋਂ ਪਹਿਲਾਂ ਤੁਹਾਨੂੰ ਕੁਝ ਚੀਜ਼ਾਂ ਆਪਣੇ ਦਿਮਾਗ ਵਿੱਚ ਰੱਖਣੀਆਂ ਚਾਹੀਦੀਆਂ ਹਨ। ਪੰਨਾ ਬਣਾਉਣ ਤੋਂ ਪਹਿਲਾਂ ਮੌਜੂਦਾ ਲੇਖ ਖੋਜੋ। ਲੇਖ ਲਿਖਣ ਤੋਂ ਪਹਿਲਾਂ ਇਹ ਪੱਕਾ ਕਰਨ ਦੀ ਕੋਸ਼ਿਸ਼ ਕਰੋ ਕਿ ਇਸੇ ਵਿਸ਼ੇ ਤੇ ਪਹਿਲਾਂ ਤੋਂ ਹੀ ਕੋਈ ਲੇਖ ਤਾਂ ਨਹੀਂ ਹੈ, ਸ਼ਾਇਦ ਥੋੜੇ ਜਿਹੇ ਵੱਖਰੇ ਨਾਂ ਦੇ ਤਹਿਤ। ਲਿਖਣ ਲਈ ਸੋਮੇ ਅਤੇ ਜਾਣਕਾਰੀਆਂ ਇਕੱਠੀਆਂ ਕਰੋ। ਲੇਖਾਂ ਲਈ ਵਿਸਥਾਰ ਨਾਲ ਸਾਵਧਾਨੀਆਂ ਵਿਕੀਪੀਡੀਆ ਦੇ WP:CITE ਪੰਨੇ ਉੱਤੇ ਮਿਲ ਸਕਦੀਆਂ ਹਨ। ਵਿਕੀਪੀਡੀਆ ਇਨ੍ਹਾਂ ਵਿਸ਼ੇ ਨਾਲ ਸੰਬੰਧਿਤ ਪੰਨੇ ਬਣਾਉਣ ਦੀ ਇਜਾਜ਼ਤ ਨਹੀਂ ਦਿੰਦਾ। ਤੁਹਾਡੇ ਵਪਾਰ ਦੀ ਚੀਜ਼ ਦੀ ਮਸ਼ਹੂਰੀ, ਨਿੱਜੀ ਪ੍ਰਸਤਾਵ ਜਾਂ ਮੂਲ ਖੋਜ, ਬਗੈਰ ਪੂਰੀ ਮਿਸਾਲਾਂ ਦਿੱਤੇ ਨਾ ਲਿਖੇ ਜਾਣ ਵਾਲੇ ਵਿਸ਼ੇ, ਤੁਹਾਡੇ ਆਪਣੇ ਆਪ ਨਾਲ ਸਿੱਧਾ ਜਾਂ ਅਪ੍ਰਤੱਖ ਜੁੜਿਆ ਲੇਖ, ਇੱਕ ਮਨੁੱਖ ਜਾਂ ਕਿਸੇ ਸੰਸਥਾ ਉੱਤੇ ਹਮਲਾ, ਵਕੀਲੀ ਜਾਂ ਵਿਵਾਦ ਵਾਲੇ ਲੇਖ, ਸਥਾਨਕ ਦਿਲਚਸਪੀ ਦੇ ਲੇਖ, ਤੋੜਨ ਵਾਲੀਆਂ ਖ਼ਬਰਾਂ ਅਤੇ ਘਟਨਾਵਾਂ। ਇੱਥੇ ਕੁਝ ਬਿੰਦੂ ਹਨ ਜਿਹੜੇ ਵਿਕੀਪੀਡੀਆ ਨੂੰ ਲੇਖ ਦੇਣ ਲਈ ਹਨ। ਅੱਗੇ ਵਧਾਉਣ ਲਈ ਭਾਸ਼ਾ ਨਾ ਜੋੜੋ। ਕੋਈ ਵੀ ਵਿਸ਼ਾ ਖੋਜਦੇ ਜਾਂ ਸੰਪਾਦਿਤ ਕਰਦੇ ਹੋ, ਆਪਣਾ ਵਰਤਾਰਾ ਤਟਸਥ ਉਦੇਸ਼ ਭਰਿਆ ਰੱਖੋ। ਵਿਸ਼ਾ ਗ੍ਰਾਹਕ ਨਾਲ ਆਪਣਾ ਸੰਬੰਧ ਖੋਲ੍ਹ ਕੇ ਦੱਸੋ। ਆਪਣੇ ਨਿੱਜੀ ਖਾਤਿਆਂ ਦਾ ਇਸਤੇਮਾਲ ਕਰਦੇ ਹੋਏ ਪੰਨਾ ਬਣਾਓ। ਭਰਤੀ ਮਦਦ, ਉਹ ਪ੍ਰਾਯੋਜਕ ਲੱਭੋ ਜਿਸ ਨੇ ਸਮਾਨ ਲੇਖਾਂ ਉੱਤੇ ਕੰਮ ਕੀਤਾ ਹੈ ਜਾਂ ਲੇਖਾਂ ਦੇ ਵਿਸ਼ਾ ਲਈ ਧਾਰਨਾਵਾਂ ਜਮ੍ਹਾਂ ਕੀਤੀਆਂ ਹਨ। ਵਿਕੀਪੀਡੀਆ ਵਿੱਚ ਪੰਨਾ ਬਣਾਉਣ ਲਈ ਇਹ ਚੇਤੇ ਰੱਖੋ, ਜੇ ਤੁਹਾਡੀ ਇਸਤੇਮਾਲ ਕਰਨ ਵਾਲੇ ਦੀ ਹੋਂਦ ਹੈ ਤਾਂ ਪਹਿਲਾਂ ਆਪਣੇ ਖਾਤੇ ਨੂੰ ਸਾਈਨ ਇਨ ਕਰੋ, ਜੇ ਨਹੀਂ ਹੈ ਤਾਂ ਨਵਾਂ ਬਣਾਓ। ਸਰਚ ਬਾਕਸ ਵਿੱਚ ਆਪਣੇ ਲੇਖ ਦਾ ਸਿਰਲੇਖ ਟਾਈਪ ਕਰੋ, ਫਿਰ ਗੋ ਉੱਤੇ ਕਲਿੱਕ ਕਰੋ। ਜੇ ਗੁਜ਼ਾਰਿਸ਼ ਕੀਤਾ ਗਿਆ ਪੰਨਾ ਮੌਜੂਦ ਨਹੀਂ ਹੈ ਤਾਂ ਸਰਚ ਪੰਨਾ ਰਿਪੋਰਟ ਦਿੰਦਾ ਹੈ। ਰੈੱਡ ਵਿੱਚ ਲੇਖ ਦਾ ਨਾਂ ਲਿਖ ਕੇ ਤੁਸੀਂ ਨਵਾਂ ਪੰਨਾ ਬਣਾ ਸਕਦੇ ਹੋ। ਹੁਣ ਤੁਸੀਂ ਲਾਲ ਲੇਖ ਦੇ ਨਾਂ ਉੱਤੇ ਕਲਿੱਕ ਕਰਕੇ ਆਪਣਾ ਲੇਖ ਬਣਾਉਣਾ ਸ਼ੁਰੂ ਕਰ ਸਕਦੇ ਹੋ। ਇਹ ਖਾਲੀ ਸੰਪਾਦਿਤ ਵਿੰਡੋ ਖੁੱਲੇਗੀ। ਪੰਨੇ ਤੇ ਸਭ ਤੋਂ ਉੱਤੇ ਦਿਸਦੀਆਂ ਸਾਵਧਾਨੀਆਂ ਪੜ੍ਹੋ ਅਤੇ ਫਿਰ ਵਿੰਡੋ ਵਿੱਚ ਵਿਸ਼ੇ ਉੱਤੇ ਲਿਖਣਾ ਸ਼ੁਰੂ ਕਰੋ। ਹੁਣ ਹੇਠਾਂ ਪੰਨੇ ਅਤੇ ਐਡਿਟ ਸਮਰੀ ਬਾਕਸ ਵਿੱਚ ਜਾ ਕੇ ਸੰਖੇਪ ਵਿੱਚ ਆਪਣੇ ਬਦਲਾਅ ਦਾ ਵੇਰਵਾ ਦਿਓ। ਸ਼ੋ ਪ੍ਰੀਵਿਊ ਬਟਨ ਕਲਿੱਕ ਕਰਕੇ ਆਪਣੇ ਬਦਲਾਵਾਂ ਦੀ ਪੜਚੋਲ ਕਰੋ। ਜੇ ਤੁਸੀਂ ਆਪਣੇ ਬਦਲਾਵਾਂ ਨੂੰ ਸੰਦਰਭ ਦੇ ਬਦਲਾਵਾਂ ਨਾਲ ਤੁਲਨਾ ਕਰਨਾ, ਚਲੋ ਵੇਖਦੇ ਹਾਂ ਕਿ ਤੁਸੀਂ ਹੁਣ ਆਪਣੇ ਆਪ ਵਿਕੀਪੀਡੀਆ ਇਸਤੇਮਾਲ ਕਰ ਸਕਦੇ ਹੋ। ਠੀਕ ਹੈ। ਕਦਮ 1, ਵਿਕੀਪੀਡੀਆ ਹੋਮ ਪੇਜ ਵਿੱਚ ਆਪਣੀ ਖਾਸ ਭਾਸ਼ਾ ਦੀ ਚੋਣ ਕਰੋ। ਕਦਮ 2, ਲੌਗਇਨ ਉੱਤੇ ਕਲਿੱਕ ਕਰੋ ਅਤੇ ਆਪਣਾ ਯੂਜ਼ਰਨੇਮ ਅਤੇ ਪਾਸਵਰਡ ਦਾਖਲ ਕਰੋ।
ਕਦਮ 3 ਸਰਚ ਬਾਕਸ ਵਿੱਚ ਆਪਣੇ ਲੇਖ ਦਾ ਸਿਰਲੇਖ ਇਹ ਪੱਕਾ ਕਰਦੇ ਟਾਈਪ ਕਰੋ ਕਿ ਕਿਸੇ ਤਰ੍ਹਾਂ ਦਾ ਸਿਰਲੇਖ ਪਹਿਲਾਂ ਤੋਂ ਮੌਜੂਦ ਨਹੀਂ ਹੈ ਕਦਮ 4 ਜੇ ਪੰਨਾ ਮੌਜੂਦ ਨਹੀਂ ਹੈ ਲੇਖ ਦੇ ਨਾਂ ਨੂੰ ਲਾਲ ਰੰਗ ਵਿੱਚ ਉਭਾਰਨ ਲਈ ਕਲਿੱਕ ਕਰੋ ਅਤੇ ਫਿਰ ਲੇਖ ਬਣਾਉਣਾ ਸ਼ੁਰੂ ਕਰੋ ਕਦਮ 5 ਇੱਥੇ ਇੱਕ ਖਾਲੀ ਸੰਪਾਦਕ ਵਿੰਡੋ ਦਿਸੇਗੀ ਇਸ ਵਿੰਡੋ ਵਿੱਚ ਵਿਸ਼ੇ ਉੱਤੇ ਲਿਖਣਾ ਸ਼ੁਰੂ ਕਰੋ ਕਦਮ 6 ਲੇਖ ਛਪਾਉਣ ਲਈ ਸੇਵ ਪੇਜ ਦੱਬੋ ਤੁਹਾਡਾ ਪੰਨਾ ਬਣ ਜਾਏਗਾ ਹੁਣ ਮੈਂ ਨਿਸ਼ਚਿੰਤ ਹਾਂ ਕਿ ਤੁਸੀਂ ਯੂਟਿਊਬ ਅਤੇ ਵਿਕੀਪੀਡੀਆ ਬਾਰੇ ਬਹੁਤ ਕੁਝ ਜਾਣ ਗਏ ਹੋ ਇੱਥੇ ਤੁਹਾਨੂੰ ਆਪਣੇ ਮਿੱਤਰਾਂ ਅਤੇ ਸੰਬੰਧੀਆਂ ਨਾਲ ਨੇੜੇ ਹੋਣ ਲਈ ਕਈ ਰਾਹ ਹਨ ਇਹ ਵਟਸਐਪ ਦੇ ਜ਼ਰੀਏ ਹੈ ਦੀਦੀ ਵਟਸਐਪ ਕੀ ਹੈ ਵਟਸਐਪ ਇੱਕ ਮਸ਼ਹੂਰੀ ਤੋਂ ਆਜ਼ਾਦ ਮੋਬਾਈਲ ਸੁਨੇਹਿਆਂ ਦੀ ਅਰਜ਼ੀ ਹੈ ਜਿਹੜੀ ਇਸਤੇਮਾਲ ਕਰਨ ਵਾਲਿਆਂ ਨੂੰ ਇੰਟਰਨੈਟ ਡਾਟਾ ਪਲਾਨ ਜਾਂ ਵਾਈਫਾਈ ਦੇ ਜ਼ਰੀਏ ਸੰਦਰਭ ਅਤੇ ਮੀਡੀਆ ਦੇ ਸੁਨੇਹਿਆਂ ਨੂੰ ਭੇਜਣ ਅਤੇ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦੀ ਹੈ ਇਸਤੇਮਾਲ ਕਰਨ ਵਾਲਿਆਂ ਨੂੰ SMS ਵਾਸਤੇ ਕੁਝ ਵੀ ਭੁਗਤਾਨ ਨਹੀਂ ਕਰਨਾ ਹੁੰਦਾ ਪਰ ਕੰਪਨੀ ਐਪ ਇਸਤੇਮਾਲ ਕਰਨ ਵਾਲਿਆਂ ਤੋਂ ਸਾਲਾਨਾ ਥੋੜੀ ਜਿਹੀ ਫੀਸ ਲੈਂਦੀ ਹੈ ਆਪਣੇ ਫੋਨ ਉੱਤੇ ਵਟਸਐਪ ਇਸਤੇਮਾਲ ਕਰਨ ਲਈ ਇਸ ਤਰ੍ਹਾਂ ਕਰੋ ਪਹਿਲਾਂ ਆਪਣੇ ਸਮਾਰਟਫੋਨ ਜਾਂ ਟੈਬਲੇਟ ਉੱਤੇ ਮੈਨਿਊ ਵਿਕਲਪ ਵਿੱਚ ਜਾਓ ਮੈਨਿਊ ਵਿੱਚ ਪਲੇ ਸਟੋਰ ਵਿਕਲਪ ਉੱਤੇ ਥਪਥਪਾਓ ਤੁਸੀਂ ਆਨ ਸਕਰੀਨ ਮੈਨਿਊਜ਼ ਵਿੱਚ ਤੈਰ ਕੇ ਐਪਸ ਉੱਤੇ ਵਿਸ਼ੇ ਖੋਜ ਸਕਦੇ ਹੋ ਜਿਨ੍ਹਾਂ ਵਿੱਚ ਐਪਸ ਕਿਤਾਬਾਂ ਫਿਲਮਾਂ ਅਤੇ ਖੇਡਾਂ ਸ਼ਾਮਲ ਹਨ ਹੁਣ ਇਸ ਦੇ ਵਿਕਲਪਾਂ ਵਿੱਚੋਂ ਕਿਸੇ ਇੱਕ ਉੱਤੇ ਕਲਿੱਕ ਕਰੋ ਹੁਣ ਸਰਚ ਬਾਰ ਵਿੱਚ ਵਟਸਐਪ ਟਾਈਪ ਕਰੋ ਅਰਜ਼ੀਆਂ ਦੀ ਸੂਚੀ ਖੁੱਲੇਗੀ ਇੱਕ ਸਹੀ ਐਪ ਲੱਭ ਕੇ ਉਸ ਉੱਤੇ ਕਲਿੱਕ ਕਰ ਦਿਓ ਹੁਣ ਇੰਸਟਾਲ ਬਟਨ ਉੱਤੇ ਕਲਿੱਕ ਕਰੋ ਵਟਸਐਪ ਤੁਹਾਡੇ ਸਮਾਰਟਫੋਨ ਟੈਬਲੇਟ ਉੱਤੇ ਹੋਏਗਾ ਹੁਣ ਵਟਸਐਪ ਖੋਲ੍ਹਣ ਲਈ ਇਸ ਦੇ ਆਈਕੋਨ ਉੱਤੇ ਕਲਿੱਕ ਕਰੋ ਹੁਣ ਇਹ ਤੁਹਾਨੂੰ ਜਾਂਚ ਦੇ ਉਦੇਸ਼ ਨਾਲ ਤੁਹਾਡਾ ਫੋਨ ਨੰਬਰ ਦਾਖਲ ਕਰਨ ਲਈ ਕਹੇਗਾ ਇਹ ਦਾਖਲ ਕਰੋ ਅਤੇ ਓਕੇ ਬਟਨ ਦੱਬੋ ਹੁਣ ਆਪਣਾ ਨਾਂ ਅਤੇ ਅਪਲੋਡ ਪ੍ਰੋਫਾਈਲ ਫੋਟੋ ਦਾਖਲ ਕਰੋ ਜੇ ਚਾਹੁੰਦੇ ਹੋ ਅਤੇ ਫਿਰ ਨੈਕਸਟ ਦੱਬੋ ਵਟਸਐਪ ਆਪਣੇ ਆਪ ਹੀ ਤੁਹਾਡੇ ਸਾਰੇ ਸੰਪਰਕਾਂ ਦੀ ਸੂਚੀ ਆਯਾਤ ਕਰ ਲਵੇਗਾ ਜਿਨ੍ਹਾਂ ਦੇ ਮੋਬਾਈਲ ਵਿੱਚ ਵਟਸਐਪ ਹੈ ਸਰਚ ਬਾਰ ਵਿੱਚ ਉਹ ਸੰਪਰਕ ਖੋਜੋ ਜਿਸ ਨਾਲ ਤੁਸੀਂ ਗੱਲਾਂ ਕਰਨਾ ਚਾਹੁੰਦੇ ਹੋ ਅਤੇ ਫਿਰ ਉਸ ਸੰਪਰਕ ਉੱਤੇ ਕਲਿੱਕ ਕਰੋ ਹੁਣ ਤੁਹਾਨੂੰ ਇੱਕ ਨੇੜੇ ਲੱਗੀ ਸਕਰੀਨ ਦਿਸੇਗੀ ਤੁਸੀਂ ਸਕਰੀਨ ਤੇ ਹੇਠਾਂ ਦਿੱਤੇ ਗਏ ਡੱਬੇ ਵਿੱਚ ਆਪਣਾ ਸੁਨੇਹਾ ਟਾਈਪ ਕਰ ਸਕਦੇ ਹੋ ਸੁਨੇਹੇ ਵਿੱਚ ਇਮੋਜੀ ਵੀ ਪਾਏ ਜਾ ਸਕਦੇ ਹਨ ਇਹਦੇ ਵਾਸਤੇ ਹੇਠਾਂ ਖੱਬੇ ਪਾਸੇ ਨੁੱਕਰ ਉੱਤੇ ਦਿੱਤੇ ਬਟਨ ਦਾ ਇਸਤੇਮਾਲ ਕਰੋ ਆਡੀਓ ਸੁਨੇਹੇ ਵੀ ਭੇਜੇ ਜਾ ਸਕਦੇ ਹਨ ਇਸ ਦੇ ਲਈ ਹੇਠਾਂ ਸੱਜੇ ਪਾਸੇ ਨੁੱਕਰ ਉੱਤੇ ਦਿੱਤੇ ਬਟਨ ਦਾ ਇਸਤੇਮਾਲ ਕਰੋ ਹੁਣ ਵੀਡੀਓਜ਼ ਤਸਵੀਰਾਂ ਤੁਹਾਡੀ ਮੌਜੂਦਾ ਸਥਿਤੀ ਅਤੇ ਸੰਪਰਕ ਨੂੰ ਭੇਜਣ ਵਾਸਤੇ ਸਭ ਤੋਂ ਪਹਿਲਾਂ ਉੱਤੇ ਲਾਲ ਬਟਨ ਉੱਤੇ ਕਲਿੱਕ ਕਰੋ ਅਤੇ ਜਿਹੜਾ ਵਿਕਲਪ ਤੁਹਾਡੇ ਲਈ ਪਹਿਲਾ ਮਹੱਤਵ ਰੱਖਦਾ ਹੈ ਉਹ ਚੁਣੋ ਹੁਣ ਅਰਜ਼ੀ ਦੀਆਂ ਬਾਕੀ ਖਾਸੀਅਤਾਂ ਇਸਤੇਮਾਲ ਕਰਨ ਲਈ ਆਪਣੇ ਸਮਾਰਟਫੋਨ ਉੱਤੇ ਸੱਜੇ ਜਾਂ ਖੱਬੇ ਬਟਨ ਉੱਤੇ ਕਲਿੱਕ ਕਰੋ ਤਾਂ ਦਿੱਤੀ ਹੋਈ ਸਕਰੀਨ ਦਿਸਦੀ ਹੈ ਜੇ ਤੁਸੀਂ ਮਨੁੱਖ ਨਾਲ ਗੱਲਾਂ ਸ਼ੁਰੂ ਕਰਨਾ ਚਾਹੁੰਦੇ ਹੋ ਨਿਊ ਚੈਟ ਬਟਨ ਉੱਤੇ ਕਲਿੱਕ ਕਰੋ ਜੇ ਤੁਸੀਂ ਦੋ ਜਾਂ ਜ਼ਿਆਦਾ ਲੋਕਾਂ ਦੇ ਵਿਚਕਾਰ ਇੱਕੋ ਸਮੇਂ ਵਿੱਚ ਇੱਕੋ ਥਾਂ ਉੱਤੇ ਗੱਲ ਕਰਨੀ ਹੈ ਤਾਂ ਗਰੁੱਪ ਬਣਾਉਣ ਲਈ ਨਿਊ ਗਰੁੱਪ ਉੱਤੇ ਕਲਿੱਕ ਕਰੋ ਇੱਕ ਤੋਂ ਵੱਧ ਪ੍ਰਾਪਤ ਕਰਤਾਵਾਂ ਨੂੰ ਇੱਕੋ ਜਿਹੇ ਸੁਨੇਹੇ ਭੇਜਣ ਵਾਸਤੇ ਨਿਊ ਬ੍ਰੌਡਕਾਸਟ ਲਿਸਟ ਉੱਤੇ ਕਲਿੱਕ ਕਰੋ ਸੰਪਰਕ ਸੂਚੀ ਵਿੱਚ ਜਾਣ ਲਈ ਕੰਟੈਕਟ ਬਟਨ ਉੱਤੇ ਕਲਿੱਕ ਕਰੋ ਜੇ ਤੁਸੀਂ ਆਪਣਾ ਸਟੇਟਸ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਸਟੇਟਸ ਬਟਨ ਉੱਤੇ ਕਲਿੱਕ ਕਰੋ ਤੁਹਾਨੂੰ ਨੇੜੇ ਹੀ ਇੱਕ ਸਕਰੀਨ ਦਿਸੇਗੀ ਤੁਸੀਂ ਉੱਥੇ ਗਲਤੀ ਨਾਲ ਦਿੱਤੇ ਸਟੇਟਸ ਵਿੱਚੋਂ ਕੋਈ ਵੀ ਇੱਕ ਚੁਣ ਸਕਦੇ ਹੋ ਜਾਂ ਫਿਰ ਆਪੇ ਕੋਈ ਨਵਾਂ ਲਿਖ ਸਕਦੇ ਹੋ ਜੇ ਤੁਸੀਂ ਆਪਣੀਆਂ ਸੈਟਿੰਗਸ ਬਦਲਣੀਆਂ ਹਨ ਤਾਂ ਸੈਟਿੰਗਸ ਬਟਨ ਉੱਤੇ ਕਲਿੱਕ ਕਰੋ ਨੇੜੇ ਹੀ ਇੱਕ ਸਕਰੀਨ ਦਿਸੇਗੀ
ਜ਼ਿਆਦਾ ਜਾਣਕਾਰੀ ਲਈ ਹੈਲਪ ਬਟਨ ਉੱਤੇ ਕਲਿੱਕ ਕਰੋ। ਆਪਣਾ ਨਾਂ ਅਤੇ ਪ੍ਰੋਫਾਈਲ ਫੋਟੋ ਬਦਲਣ ਲਈ ਪ੍ਰੋਫਾਈਲ ਬਟਨ ਦੱਬੋ। ਆਪਣੀਆਂ ਨਿੱਜੀ ਸੈਟਿੰਗਸ ਬਦਲਣ, ਭੁਗਤਾਨ ਕਰਨ, ਨੰਬਰ ਬਦਲਣ, ਖਾਤਾ ਮੇਟਣ ਅਤੇ ਨੈੱਟਵਰਕ ਦੇ ਇਸਤੇਮਾਲ ਬਾਰੇ ਜਾਣਨ ਲਈ ਅਕਾਊਂਟ ਬਟਨ ਉੱਤੇ ਕਲਿੱਕ ਕਰੋ। ਆਪਣੀਆਂ ਗੱਲਾਂ, ਨੋਟਿੰਗ ਅਤੇ ਸੰਪਰਕ ਨਾਲ ਸੰਬੰਧਿਤ ਸੈਟਿੰਗਸ ਬਦਲਣ ਲਈ ਚੈਟ ਸੈਟਿੰਗਸ, ਨੋਟੀਫਿਕੇਸ਼ਨਸ ਅਤੇ ਕੰਟੈਕਟਸ ਬਟਨ ਉੱਤੇ ਕਲਿੱਕ ਕਰੋ। ਚਲੋ ਹੁਣ ਵੇਖਦੇ ਹਾਂ ਕਿ ਤੁਸੀਂ ਆਪਣੇ ਆਪ ਵਟਸਐਪ ਇਸਤੇਮਾਲ ਕਰ ਸਕਦੇ ਹੋ। ਪੱਕਾ। ਕਦਮ 1, ਆਪਣੇ ਮੋਬਾਈਲ ਫੋਨ, ਟੈਬਲੇਟ ਅਤੇ ਵਟਸਐਪ ਆਈਕੋਨ ਉੱਤੇ ਕਲਿੱਕ ਕਰੋ। ਇੱਥੇ ਤੁਹਾਡੇ ਸੰਪਰਕਾਂ ਦੀ ਇੱਕ ਸੂਚੀ ਦਿਸੇਗੀ ਜਿਹੜੇ ਵਟਸਐਪ ਇਸਤੇਮਾਲ ਕਰਦੇ ਹਨ। ਕਦਮ 2, ਉਸ ਦੇ ਨਾਂ ਉੱਤੇ ਕਲਿੱਕ ਕਰੋ ਜਿਸ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ। ਇੱਕ ਸੁਨੇਹਿਆਂ ਦੀ ਵਿੰਡੋ ਖੁੱਲੇਗੀ। ਕਦਮ 3, ਆਪਣਾ ਸੁਨੇਹਾ ਟਾਈਪ ਕਰੋ ਅਤੇ ਸੈਂਡ ਉੱਤੇ ਕਲਿੱਕ ਕਰ ਦਿਓ। ਕਦਮ 4, ਵੀਡੀਓ ਤਸਵੀਰ ਭੇਜਣ ਲਈ ਚੈਟ ਸਕਰੀਨ ਤੇ ਸਭ ਤੋਂ ਉੱਤੇ ਜੁੜੇ ਆਈਕੋਨ ਉੱਤੇ ਕਲਿੱਕ ਕਰੋ। ਕਦਮ 5, ਗੈਲਰੀ ਡੱਬਾ ਖੁੱਲੇਗਾ। ਜਿਹੜੀ ਵੀਡੀਓ, ਫੋਟੋ ਭੇਜਣਾ ਚਾਹੁੰਦੇ ਹੋ ਉਹ ਚੁਣੋ, ਕਲਿੱਕ ਕਰੋ, ਫਿਰ ਆਪਣੇ ਆਪ ਫਾਈਲ ਭੇਜਣੀ ਸ਼ੁਰੂ ਹੋ ਜਾਏਗੀ। ਫਿਰ ਰੋਹਨ, ਤੁਸੀਂ ਵੇਖ ਸਕਦੇ ਹੋ ਕਿ ਸੁਨੇਹੇ ਲੈਣ ਦੇਣ ਵਿੱਚ ਸਮਾਜਕ ਨੈੱਟਵਰਕ ਸੇਵਾ ਆਨਲਾਈਨ ਇਸਤੇਮਾਲ ਕਰਨੀ ਕਿੰਨੀ ਸੌਖੀ ਹੈ। ਜੋ ਵੀ ਹੋਵੇ, ਇੱਥੇ ਇਨ੍ਹਾਂ ਸਾਈਟਸ ਦਾ ਗਲਤ ਇਸਤੇਮਾਲ ਹੋਣ ਕਰਕੇ ਕੁਝ ਕਾਨੂੰਨੀ ਮੁੱਦੇ ਹਨ। ਵਾਕਈ, ਕਿਸ ਤਰ੍ਹਾਂ ਦੇ ਕਾਨੂੰਨੀ ਮੁੱਦੇ? ਸਮਾਜਕ ਨੈੱਟਵਰਕ ਦੇ ਕਾਨੂੰਨੀ ਮੁੱਦੇ ਉਹਨਾਂ ਭੁੱਲਾਂ ਅਤੇ ਕਿਰਿਆਵਾਂ ਨਾਲ ਸੰਬੰਧਿਤ ਹਨ ਜਿਨ੍ਹਾਂ ਦੇ ਨਤੀਜੇ ਵਜੋਂ ਦੀਵਾਨੀ ਅਤੇ ਅਪਰਾਧੀ ਜ਼ਿੰਮੇਵਾਰੀਆਂ ਪੈਦਾ ਹੋ ਰਹੀਆਂ ਹਨ। ਆਈਟੀ ਐਕਟ 2000 ਦੇ ਮਤਲਬ ਦੇ ਮੁਤਾਬਕ ਸਮਾਜਕ ਨੈੱਟਵਰਕਿੰਗ ਮੀਡੀਆ ਇੱਕ ਵਿਚੋਲਾ ਹੈ। ਇਸ ਤਰ੍ਹਾਂ ਸਮਾਜਕ ਨੈੱਟਵਰਕਿੰਗ ਸਾਈਟਸ ਵੱਖ ਵੱਖ ਕਿਰਿਆਵਾਂ ਅਤੇ ਭੁੱਲਾਂ ਲਈ ਜ਼ਿੰਮੇਵਾਰ ਹਨ ਜਿਹੜੀਆਂ ਕਾਨੂੰਨਾਂ ਦੇ ਤਹਿਤ ਸਜ਼ਾ ਦੇਣ ਯੋਗ ਹਨ। ਮਸਲਨ, ਸਮਾਜਕ ਨੈੱਟਵਰਕਿੰਗ ਸਾਈਟਸ ਆਨਲਾਈਨ IPRS ਹਿੰਸਾ, ਜਿਸ ਵਿੱਚ ਭਾਰਤ ਵਿੱਚ ਆਨਲਾਈਨ ਕਾਪੀਰਾਈਟ ਹਿੰਸਾਵਾਂ ਸ਼ਾਮਲ ਹਨ, ਵਾਸਤੇ ਜ਼ਿੰਮੇਵਾਰ ਹੈ। ਕਈ ਗੈਰ ਕਾਨੂੰਨੀ ਗਤੀਵਿਧੀਆਂ ਜਿਹੜੀਆਂ ਸਮਾਜਕ ਮੀਡੀਆ ਦੇ ਇਸਤੇਮਾਲ ਨਾਲ ਰਲੀਆਂ ਹੋ ਸਕਦੀਆਂ ਹਨ, ਇਹ ਹਨ: ਭਾਸ਼ਣ ਦੀ ਆਜ਼ਾਦੀ, ਖੋਜ ਅਤੇ ਹਮਲੇ ਦੇ ਮਾਮਲੇ, ਕਾਪੀਰਾਈਟ ਦੀ ਉਲੰਘਣਾ ਅਤੇ ਹੋਰ ਬੌਧਿਕ ਹੱਕ, ਨਿੱਜੀ ਮਸ਼ਹੂਰੀ ਅਤੇ ਨਿੱਜੀ ਹੱਕਾਂ ਦੇ ਨਿਯਮ ਤੋੜਨਾ, ਅਸ਼ਲੀਲ ਜਾਂ ਬਦਨਾਮ ਕਰਨ ਵਾਲੇ ਵਿਸ਼ੇ ਬਿਆਨ, ਸੰਚਾਰ ਸੇਵਾ ਰਾਹੀਂ ਕਸੂਰਵਾਰ ਸੁਨੇਹੇ ਭੇਜਣ ਲਈ ਸਜ਼ਾ। ਭਾਰਤੀ ਸੰਵਿਧਾਨ ਦੇ IT ਐਕਟ ਦੀ ਧਾਰਾ 66A ਦੇ ਤਹਿਤ ਕੁਝ ਨਿਯਮ ਅਤੇ ਅਧਿਨਿਯਮ ਬਣਾਏ ਗਏ ਹਨ। ਹਿੰਸਾ ਫੈਲਾਉਣ ਵਾਸਤੇ ਜਿਹੜੇ ਨਿਯਮ ਅਤੇ ਸਜ਼ਾ ਹਨ, ਉਹ ਨਿਯਮ ਇਹ ਹਨ: ਕੋਈ ਵੀ ਮਨੁੱਖ ਕੰਪਿਊਟਰ ਦਾ ਸਾਧਨ ਜਾਂ ਸੰਚਾਰ ਦਾ ਤਰੀਕਾ ਭੇਜਦਾ ਹੈ, ਕੋਈ ਸੂਚਨਾ ਪੂਰੀ ਤਰ੍ਹਾਂ ਅਪਰਾਧ ਨਾਲ ਜੁੜੀ ਹੈ ਜਾਂ ਕਿਸੇ ਦਾ ਚਰਿੱਤਰ ਧਮਕਾਉਣ ਵਾਲਾ ਹੈ, ਕੋਈ ਸੂਚਨਾ ਜਿਹੜੀ ਉਹ ਜਾਣਦਾ ਹੈ ਕਿ ਝੂਠੀ ਹੈ ਪਰ ਤੰਗ ਕਰਨ, ਪਰੇਸ਼ਾਨ ਹੋਣ, ਖਤਰਾ, ਰੁਕਾਵਟ, ਬੇਇੱਜ਼ਤੀ, ਜ਼ਖਮ, ਅਪਰਾਧ ਦੀ ਧਮਕੀ, ਦੁਸ਼ਮਣੀ, ਨਫ਼ਰਤ ਜਾਂ ਝੂਠੀ ਵਸੀਅਤ ਦੇ ਉਦੇਸ਼ ਨਾਲ ਕੰਪਿਊਟਰ ਰਾਹੀਂ ਕੰਪਿਊਟਰ ਦੇ ਸੋਮੇ ਜਾਂ ਸੰਚਾਰ ਦੇ ਤਰੀਕੇ ਦਾ ਜਬਰਨ ਇਸਤੇਮਾਲ ਕਰਨਾ। ਕੋਈ ਇਲੈਕਟ੍ਰੋਨਿਕ ਮੇਲ ਜਾਂ ਇਲੈਕਟ੍ਰੋਨਿਕ ਮੇਲ ਸੁਨੇਹਾ ਜਿਸ ਦਾ ਉਦੇਸ਼ ਬੇਵਜ੍ਹਾ ਤੰਗ ਕਰਨਾ ਜਾਂ ਪਰੇਸ਼ਾਨ ਕਰਨਾ ਜਾਂ ਕਿਸੇ ਭੇਜਣ ਵਾਲੇ ਨੂੰ ਜਾਂ ਪ੍ਰਾਪਤ ਕਰਨ ਵਾਲੇ ਨੂੰ ਸੁਨੇਹਿਆਂ ਦੇ ਬਣਾਉਣ ਬਾਰੇ ਧੋਖਾ ਦੇਣਾ ਜਾਂ ਕੁਰਾਹੇ ਪਾਉਣਾ, ਇੱਕ ਨਿਯਤ ਸਮੇਂ ਵਾਸਤੇ ਜੇਲ੍ਹ ਦੀ ਸਜ਼ਾ ਦਿੱਤੀ ਜਾਏਗੀ ਜਿਹੜੀ ਅੱਗੇ 3 ਸਾਲਾਂ ਲਈ ਵਧਾਈ ਜਾ ਸਕਦੀ ਹੈ, ਨਾਲ ਹੀ ਜੁਰਮਾਨਾ ਵੀ। ਦੀਦੀ, ਮੈਨੂੰ ਨਹੀਂ ਪਤਾ ਸੀ ਕਿ ਅਸੀਂ ਸਮਾਰਟਫੋਨ, ਟੈਬਲੇਟ ਤੋਂ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹਾਂ। ਇਹ ਬੜਾ ਹੀ ਉਤੇਜਨਾ ਲਿਆਉਣ ਵਾਲਾ ਹੈ। ਹਾਂ ਰੋਹਨ, ਇਹ ਤਾਂ ਹੈ। ਤੇ ਫਿਰ ਤੁਸੀਂ ਸੁਨੇਹਾ ਸੇਵਾਵਾਂ ਬਾਰੇ ਬਹੁਤ ਕੁਝ ਪੜ੍ਹ ਲਿਆ। ਚਲੋ ਹੁਣ ਇਸ ਗਤੀਵਿਧੀ ਵਿੱਚ ਹਿੱਸਾ ਲੈਂਦੇ ਹਾਂ।